ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਤਰੀਕ ਹੈ ਜੀ 28 ਨਵੰਬਰ ਅਤੇ ਦਿਨ ਹੈ ਜੀ ਵੀਰਵਾਰ। ਸੋ ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਅਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂਹਰੀ ਜੁੜਨਗੇ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਲੈ ਕੇ ਚੱਲੀਏ, ਕੂਅਪ ਟਰੱਕ ਐਂਡ ਹੈਵੀ ਇਕੁਪਮੈਂਟ ਰਿਪੇਅਰ ਦਾ ਇੱਕ ਬਹੁਤ ਵਧੀਆ ਸੁਨੇਹਾ ਟਰੱਕਰ ਵੀਰਾਂ ਲਈ। ਜੇਕਰ ਤੁਹਾਡੇ ਟਰੱਕ ਦਾ ਫਰੇਮ, ਡਰਾਈਵ ਐਕਸਲ, ਸਟੇਅਰਿੰਗ ਐਕਸਲ ਜਾਂ ਫਿਰ ਡੰਪ ਟ੍ਰੇਲਰ ਬਾਕਸ ਟੇਢਾ ਹੋ ਜਾਂਦਾ ਤਾਂ ਫਿਰ ਇਹ ਤਕਲੇ ਵਾਂਗੂ ਸਿੱਧਾ ਕਰਦੇ ਨੇ ਜੀ। ਦੋ ਲੋਕੇਸ਼ਨਾਂ ਨੇ, 7405 ਕਿੰਬਲ ਸਟਰੀਟ ਮਿਸੀ ਸਾਗਾ ਅਤੇ ਦੂਜੀ ਲੋਕੇਸ਼ਨ ਹੈ ਜੀ 36 ਪਾਇਨੀਅਰ ਡਰਾਈਵ ਐਰਨ ਦੇ ਵਿੱਚ। 9056713647 ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਹੋਰਾਂ ਨਾਲ 4162544599 'ਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੇ ਅਕਾਊਂਟਸ ਟੈਕਸਿਸ 'ਚ ਹੈਲਪਲਾਈਨ ਦੇ ਲਈ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਦੇ ਨਾਲ 2535202086 'ਤੇ ਸੰਪਰਕ ਕਰੋ। ਵਾਸ਼ਿੰਗਟਨ ਫਰੇਟ ਸਰਵਿਸ ਓਨ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸੰਧੂ ਹੋਰਾਂ ਨੂੰ 2532666924 ਜਾਂ ਗੁਰਵਿੰਦਰ ਧਾਲੀਵਾਲ ਹੋਰਾਂ ਦੇ ਨਾਲ 206-354-4060 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ, ਜਿਹੜਾ ਸਾਡੇ ਸਰਕਾਰਾਂ ਬਣ ਗਈਆਂ ਜਿਹੜੇ ਮਸਲੇ ਦੇ ਉੱਤੇ, ਅਤੇ ਗੱਲ ਉੱਥੇ ਦੀ ਉੱਥੇ ਕਹਿੰਦੇ ਹੁਣ ਜਿਹੜਾ ਬੇਅਦਬੀ ਦਾ ਮਸਲਾ ਜਿਹੜਾ ਪਾਰਲੀਮੈਂਟ ਦੇ ਵਿੱਚ ਮੁੱਦਾ ਜਿਹੜਾ ਉਹ ਗੂੰਜਿਆ। ਬਿਲਕੁਲ, ਪਾਰਲੀਮੈਂਟ ਦੇ ਵਿੱਚ ਬੇਅਦਬੀ ਦਾ ਮੁੱਦਾ ਪਹਿਲੀ ਵਾਰ ਨਹੀਂ ਗੂੰਜਿਆ, ਗੂੰਜਿਆ ਤਾਂ ਪਹਿਲਾਂ ਵੀ ਸੀ ਜੀ, ਲੇਕਿਨ ਐਤਕੀ ਜਿਸ ਮਾਮਲੇ ਨੂੰ ਲੈ ਕੇ ਇਹ ਮਾਮਲਾ ਪਾਰਲੀਮੈਂਟ ਦੇ ਵਿੱਚ ਉਠਾਇਆ ਗਿਆ ਉਹ ਬੜਾ ਮਹੱਤਵਪੂਰਨ ਹੈ ਜੀ। ਅਸਲ ਦੇ ਵਿੱਚ ਆਪਾਂ ਇਹ ਜਾਣਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਆ ਰਹੀਆਂ 14-15 ਤੋਂ। ਉਹਦੇ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਸ਼ਾਨਾ ਬਣਾਇਆ ਗਿਆ ਜੀ। ਲੇਕਿਨ ਜੇ ਆਪਾਂ ਅਤੀਤ ਦੇ ਉੱਤੇ ਨਜ਼ਰ ਮਾਰੀਏ ਤੇ ਪਹਿਲਾਂ ਵੀ ਹੋਰਾਂ ਧਰਮਾਂ ਦੇ ਵੀ ਇਸੇ ਤਰ੍ਹਾਂ ਗ੍ਰੰਥ ਹੈ ਜਿਹੜੇ, ਜਾਂ ਉਹਨਾਂ ਦੇ ਧਾਰਮਿਕ ਪੁਸਤਕ ਹੈ, ਉਹਨਾਂ ਦਾ ਨਿਰਾਦਰ ਹੁੰਦਾ ਰਿਹਾ ਜੀ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਅਦਬੀ ਹੋਈ ਤੇ ਉਸ ਬੇਅਦਬੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਕਿਸਮ ਦਾ ਭੁਚਾਲ ਆ ਗਿਆ ਸੀ ਜੀ। ਅਰਾਜ ਸੀ ਧਾਰਮਿਕ ਤੇ ਸਮਾਜਿਕ ਭੁਚਾਲ ਜੀ। ਅਰਾਜ ਸੀ ਭੁਚਾਲ ਦਾ ਅਸਰ ਇਹ ਹੋਇਆ ਕਿ ਵੇਲੇ ਦੀ ਸਰਕਾਰ ਹੈ ਜਿਹੜੀ ਉਹ ਚੰਡੀਗੜ੍ਹ ਤੱਕ ਕੈਦ ਹੋ ਕੇ ਰਹਿ ਗਈ ਸੀ ਜੀ। ਸੱਤਾ ਦੇ ਨਾਲ ਜੁੜੇ ਹੋਏ ਲੋਕ ਘਰਾਂ ਤੋਂ ਨਹੀਂ ਸਨ ਨਿਕਲ ਸਕਦੇ ਜੀ। ਸਿੰਘ ਸਹਿਬਾਨ ਜਿਨ੍ਹਾਂ ਨੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਸੀ ਜੀ ਜੀ, ਉਹਨਾਂ ਦੀ ਹਾਲਤ ਇੰਨੀ ਭੈੜੀ ਹੋ ਗਈ ਸੀ ਕਿ ਉਹਨਾਂ ਨੂੰ ਉੱਥੇ ਸੰਗਤ ਫਤਿਹ ਬੁਲਾਉਣ ਤੋਂ ਵੀ ਇਨਕਾਰੀ ਹੋ ਗਈ ਸੀ ਠੀਕ ਹੈ। ਔਰ ਪੰਜ ਪਿਆਰੇ ਜਿਨ੍ਹਾਂ ਦੀ ਡਿਊਟੀ ਅੰਮ੍ਰਿਤਪਾਨ ਕਰਵਾਉਣ ਦੇ ਉੱਤੇ ਲੱਗੀ ਹੁੰਦੀ ਸੀ, ਉਹ ਪੰਜ ਪਿਆਰੇ ਵੀ ਜਿਹੜੇ ਹੈਗੇ ਆ ਉਹਨਾਂ ਨੇ ਬਗਾਵਤ ਕਰਤੀ ਸੀ। ਨਤੀਜਾ ਇਹ ਹੋਇਆ ਸੀ ਕਿ ਉਹਨਾਂ ਨੂੰ ਨੌਕਰੀਆਂ ਤੋਂ ਫਿਰ ਫਾਰਗ ਕਰ ਦਿੱਤਾ ਗਿਆ ਸੀ ਜੀ। ਇਹ ਤੇ ਬਾਅਦ ਫਿਰ ਆਪਾਂ ਬਾਅਦ ਦੇ ਵਿੱਚ ਦੇਖੀਏ ਤੇ ਹਾਲਾਤ ਇਹ ਬਣੇ ਕਿ ਜਿਹੜਾ ਫਿਰ ਉਹਦਾ ਪੋਲੀਟੀਕਲ ਅਸਰ ਹੋਇਆ, ਧਾਰਮਿਕ ਤੋਂ ਨਾਲ ਪੋਲੀਟੀਕਲ ਅਸਰ ਹੋਇਆ ਕਿ ਵੇਲੇ ਦੀ ਸਰਕਾਰ ਜਿਹੜੀ ਆ ਉਹਨੇ ਹਾਰਨਾ ਤਾਂ ਸੀ ਜੀ, ਹਾਰ ਇੰਨੀ ਭਿਆਨਕ ਕਿ ਜਿਹੜਾ ਅੱਜ ਵਾਲਾ ਸੰਕਟ ਅਕਾਲੀ ਦਲ ਨੂੰ ਦਰਪੇਸ਼ ਹੈ ਇਹਦਾ ਕਾਰਨ ਵੀ ਦਾ ਮੁਤਈ ਸੀ ਜੀ। ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਦੇ ਹੈ ਜੀ, ਔਰ ਉਹਨਾਂ ਨੇ ਐਲਾਨ ਕੀਤਾ ਸੀ ਬਠਿੰਡੇ ਦੇ ਵਿੱਚ ਹੀ ਕਿ ਅਸੀਂ ਬੇਅਦਬੀ ਦੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਸਜਾਵਾਂ ਦਵਾਵਾਂਗੇ ਜੀ। ਪਹਿਲੇ ਪਹਿਲ ਚੰਗੀ ਕੀਤੀ ਵਿਧਾਨ ਸਭਾ ਦੇ ਵਿੱਚ, ਇਹ ਮਾਮਲਾ ਜਿਹੜਾ ਚੰਗੀ ਤਰ੍ਹਾਂ ਰਿੜਕਿਆ ਗਿਆ ਜੀ। CBI ਕੋਲੇ ਜਿਹੜੇ ਕੇਸ ਸੀ ਉਹ ਪੰਜਾਬ ਪੁਲਿਸ ਨੂੰ ਵਾਪਸ ਦਵਾਉਣ ਵਾਸਤੇ ਰੈਗੂਲੇਸ਼ਨ ਪਾਸ ਕੀਤਾ ਗਿਆ ਜੀ। ਔਰ ਨਾਲ ਹੀ ਜੇ ਆਪਾਂ ਦੇਖੀਏ ਤਾਂ ਉਸ ਵੇਲੇ ਰਣਜੀਤ ਸਿੰਘ ਕਮਿਸ਼ਨ ਵੀ ਬਣਾਇਆ ਗਿਆ ਜੀ, ਤੇ ਰਣਜੀਤ ਸਿੰਘ ਕਮਿਸ਼ਨ ਨੇ ਬਹੁਤ ਮਿਹਨਤ ਦੇ ਨਾਲ ਇੱਕ ਰਿਪੋਰਟ ਤਿਆਰ ਕੀਤੀ ਜਿਹੜੀ ਇਸ ਵੇਲੇ ਇੱਕ ਦਸਤਾਵੇਜ਼ ਦੇ ਰੂਪ ਦੇ ਵਿੱਚ ਉਪਲਬਧ ਹੈ ਜੀ, ਕਿਤਾਬ ਦੀ ਸ਼ਕਲ ਦੇ ਵਿੱਚ ਜੀ।
ਸਮਾਜਿਕ ਅਸਰ ਜੇ ਆਪਾਂ ਦੇਖੀਏ ਦਾਨੇਵਾਲੀਆ ਸਾਹਿਬ ਤਾਂ ਸਮਾਜਿਕ ਅਸਰ ਇਹ ਹੋਇਆ ਜੀ ਕਿ ਸਮਾਜ ਪਾਟੋ ਧਾੜ ਹੋਣ ਵਾਲੇ ਪਾਸੇ ਨੂੰ ਵੱਧ ਗਿਆ ਜੀ। ਡੇਰੇ ਵਾਲੇ ਜਿਹੜੇ ਡੇਰੇ ਦੇ ਫੋਲੋਅਰ ਸੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਬੀੜ ਵੀ ਮਿਲਣੋਂ ਹਟ ਗਈ ਸੀ। ਫਰਜ਼ ਕਰੋ ਘਰ ਦੇ ਵਿੱਚ ਮੌਤ ਹੋ ਗਈ, ਪਿਤਾ ਦੀ ਮੌਤ ਹੋ ਗਈ, ਇੱਕ ਭਰਾ ਡੇਰੇ ਵਾਲੇ ਨਾਲ ਹੈ, ਦੂਜਾ ਭਰਾ ਜਿਹੜਾ ਹੈਗਾ ਉਹ ਡੇਰੇ ਵਾਲੇ ਨਾਲ ਨਹੀਂ, ਪਰ ਘਰ ਸਾਂਝਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਜਾਣ ਦੇ ਲਈ ਵੀ ਮੁਸ਼ਕਲਾਂ ਪੈਦਾ ਹੋ ਗਈਆਂ ਸੀ। ਔਰ ਉਸ ਵੇਲੇ ਦੇਖਿਆ ਕਿ ਕਈ ਸਾਰੇ ਲੋਕ ਜਿਹੜੇ ਹੈਗੇ ਆ ਉਹ ਭਾਵੇਂ ਪ੍ਰੇਮੀਆਂ ਤੋਂ ਬਣ ਗਏ ਸੀ ਸਿੱਖ, ਤੇ ਸਿੱਖ ਜਿਹੜੇ ਸੀ ਉਹ ਜ਼ਿਆਦਾ ਨਾਰਾਜ਼ ਹੋ ਕੇ ਦੂਜੇ ਪਾਸੇ ਵੀ ਚਲੇ ਗਏ ਸੀ। ਇਹਨਾਂ ਗੱਲਾਂ ਤੋਂ ਆਪਾਂ ਇਨਕਾਰੀ ਨਹੀਂ ਹੋ ਸਕਦੀ ਜੀ, ਪਰ ਜਿਹੜਾ ਸਿਲਸਿਲਾ ਜਿਹੜਾ ਬੇਅਦਬੀਆਂ ਦਾ ਸੀ ਉਹ ਰੁਕਿਆ ਨਹੀਂ ਸੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀਆਂ ਰਹੀਆਂ ਸੀ ਜੀ। ਫਿਰ ਇਹ ਮਾਮਲਾ ਆਇਆ 2018 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਬਣਾਉਣ ਵਾਸਤੇ ਬਿੱਲ ਪਾਸ ਕੀਤਾ ਗਿਆ ਜੀ, ਜਿਹਦੇ ਵਿੱਚ ਇਹ ਪ੍ਰਬੰਧ ਕੀਤਾ ਸੀ ਕਿ ਜਿਹੜਾ ਬੰਦਾ ਬੇਅਦਬੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਜੀ। ਇਹਦੇ ਤੇ ਫਿਰ ਇਤਰਾਜ਼ ਵੀ ਹੋਇਆ ਥੋੜਾ ਬਹੁਤਾ ਕਿ ਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਦੂਜੇ ਧਰਮਾਂ ਵਾਲਿਆਂ ਨੂੰ ਵੀ ਜਿਹੜਾ ਹੈਗਾ ਇਹ ਲੱਗਦਾ ਕਿ ਇਹ ਉਹਨਾਂ ਨਾਲ ਬੇਇਨਸਾਫੀ ਹੈ, ਉਹਨਾਂ ਨੂੰ ਵੀ ਕੋਈ ਇਨਸਾਫ਼ ਮਿਲਣਾ ਚਾਹੀਦਾ। ਫਿਰ ਪਤਾ ਸੀ ਕਿ ਜਿਹੜੀਆਂ ਪ੍ਰਵਾਨਿਤ ਧਰਮ ਹੈ ਜੀ, ਜਿਹਨਾਂ ਨੂੰ ਧਰਮ ਮੰਨਿਆ ਜਾਂਦਾ ਹੈ, ਉਹਨਾਂ ਦੀ ਬੇਅਦਬੀ ਹੁੰਦੀ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਜਿਹੜੇ ਹੋ ਜੀ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਭਨਿਆਰਾ ਭਨਿਆਰਾ ਵਾਲਾ ਆਪਦਾ ਹੀ ਬਣ ਗਿਆ ਸੀ, ਡੇਰੇ ਵਾਲਿਆਂ ਨੇ ਆਪਦੇ ਬਣਾ ਲਏ, ਜਿਹਦਾ ਜੀ ਕੀਤਾ ਆਪਦਾ ਝੰਡਾ ਕੱਢ ਲਿਆ ਬਣਾ ਲਿਆ ਸੀ। ਹਾਂ ਸਰਸੇ ਵਾਲੇ ਨੇ ਆਪਦਾ ਸੀ ਕਿ ਸਾਡੇ ਗੁਰੂ ਬਾਰੇ ਇਹ ਕਹਿਤਾ ਜੀ ਲਾ ਦਿਓ 295, ਉਹ 295 ਲੱਗਣੀ ਸ਼ੁਰੂ ਹੋ ਗਈ ਸੀ ਜੀ। ਇੱਥੇ ਕੀਤਾ ਸੀ ਕਿ ਜਿਹੜੇ ਮਾਨਤਾ ਪ੍ਰਾਪਤ ਧਰਮ ਹੈ ਜਿਹਨਾਂ ਦਾ ਪਤਾ ਵੀ ਹਾਂ ਇਹ ਧਰਮ ਹੈਗੇ ਜੀ, ਉਹਨਾਂ ਧਰਮਾਂ ਨੂੰ ਮਤਲਬ ਜਿਹੜੀ ਹੈ ਇਹਦੇ ਤੇ ਸੀ ਕਿ ਉੱਥੇ ਬੇਅਦਬੀ ਦਾ ਮਾਮਲਾ ਹੋਵੇ। ਉਹ ਦਾਨੇਵਾਲੀਆ ਸਾਹਿਬ ਐਕਟ ਬਣਾ, ਇੱਥੋਂ ਬਿੱਲ ਬਣਾਤਾ, ਪਾਸ ਕਰਤਾ, ਪਾਸ ਕਰਕੇ ਉਹ ਬਿੱਲ ਭੇਜਣਾ ਪਿਆ ਰਾਸ਼ਟਰਪਤੀ ਨੂੰ ਜੀ, ਕਿਉਂਕਿ ਇਹ ਜਿਹੜਾ ਹੈਗਾ ਇਹ ਜਿਹੜਾ ਹੈਗਾ ਸੈਂਟਰ ਸਟੇਟ ਨਾਲ ਸੰਬੰਧਿਤ ਮਾਮਲਾ ਹੈ ਜੀ। ਲੇਕਿਨ ਉਦੋਂ ਤੋਂ ਲੈ ਕੇ 2018 ਤੋਂ ਲੈ ਕੇ ਇਹ ਮਾਮਲਾ ਅਜੇ ਤੱਕ ਪਾਰਲੀਮੈਂਟ ਚ ਹੀ ਪਿਆ, ਸੋਰੀ ਪ੍ਰੈਜੀਡੈਂਟ ਦੇ ਘਰ ਆਫਿਸ ਦੇ ਵਿੱਚ ਹੀ ਪਿਆ। ਇਹਨੂੰ ਨਾ ਪ੍ਰਵਾਨਗੀ ਮਿਲੀ ਹੈ ਨਾ ਇਹਨੂੰ ਰੱਦ ਕੀਤਾ ਜੀ। ਇਹ ਮਾਮਲਾ ਹੁਣ ਇਸ ਵੇਲੇ ਮਾਲਵਿੰਦਰ ਸਿੰਘ ਕੰਗ ਜਿਹੜੇ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਪਾਰਲੀਮੈਂਟ ਦੇ ਮੈਂਬਰ ਬਣੇ ਹੈ ਜੀ, ਉਹਨਾਂ ਨੇ ਮਤਲਬ ਜਿਹੜਾ ਹੈਗਾ ਅਡਜਰਨਮੈਂਟ ਮੋਸ਼ਨ ਦੇ ਕੇ ਇਹ ਮਾਮਲਾ ਚੁੱਕਿਆ ਹੈ ਜੀ, ਕਿ ਜੀ ਇਹਦੇ ਤੇ ਦੱਸੋ ਵੀ ਇਹਦੇ ਕੋਈ ਫੈਸਲਾ ਕੀਤਾ ਜਾਵੇ, ਫੈਸਲਾ ਕਿਉਂ ਨਹੀਂ ਕੀਤਾ ਜਾਂਦਾ। ਅਰਦਾਨੇਵਾਲੀਆ ਸਾਹਿਬ ਹੈ ਵੀ ਇਹ ਗੱਲ ਜੀ, ਇਹਦੇ ਉਲਟ ਜੇ ਆਪਾਂ ਦੇਖੀਏ ਤਾਂ ਇਹ ਜੇ ਫੈਸਲਾ ਇਹਦੇ ਤੇ ਨਹੀਂ ਹੁੰਦਾ ਤੇ ਸਿੱਖਾਂ ਦੇ ਵਿੱਚ ਭਾਵਨਾ ਕੀ ਜਾਣੀ ਹੈ ਜੀ। ਸੁਪਰੀਮ ਕੋਰਟ ਦੇ ਇੱਕ ਫੈਸਲੇ ਦੇ ਰਾਹੀਂ ਇਹ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਇੱਕ ਜੀਵੰਤ ਜਿਹੜੇ ਹੈਗੇ ਹੈ ਜਿਉਂਦੀ ਜੀ ਸ਼ਖਸੀਅਤ ਹੈ, ਜੇ ਉਹਨਾਂ ਦੇ ਅੰਗ ਪਾੜੇ ਜਾਣਗੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ, ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਪਹਿਲਾਂ ਵਾਲੇ ਮਾਮਲੇ ਦੇ ਵਿੱਚ ਹੋਇਆ ਕਿ ਉਹਨੂੰ ਦਫਨਾ ਦਿੱਤਾ ਸੀ ਜਾਂ ਕਿਸੇ ਨਾਲੇ 'ਚ ਸੁੱਟਤਾ ਸੀ, ਇਹ ਜੀ ਗੱਲ ਹੁੰਦੀ ਹੈ ਤਾਂ ਫਿਰ ਉਹਨੂੰ ਉਸੇ ਰੂਪ ਦੇ ਵਿੱਚ ਕਾਨੂੰਨ ਲਾਗੂ ਹੋਣਾ ਚਾਹੀਦਾ ਜੀ। ਅਗਰ ਇਹ ਕਾਨੂੰਨ ਲਾਗੂ ਨਹੀਂ ਹੁੰਦਾ, ਕਾਨੂੰਨ ਨਹੀਂ ਬਣਦਾ, ਸਿਲਸਿਲਾ ਇਵੇਂ ਹੀ ਚੱਲਦਾ ਰਹਿੰਦਾ ਹੈ ਜੀ, ਤਾਂ ਫਿਰ ਇੱਕ ਭਾਈਚਾਰੇ ਦੇ ਵਿੱਚ ਇਹ ਭਾਵਨਾ ਪੈਦਾ ਹੋਊਗੀ ਜੀ, ਇਹ ਭਾਵਨਾ ਇਹ ਪੈਦਾ ਹੋਊਗੀ। ਹੁਣ ਤੁਸੀਂ ਦੇਖੋ ਇਸ ਵੇਲੇ ਕੀ ਹੋ ਰਿਹਾ ਦੇਸ਼ ਦੇ ਵਿੱਚ, ਜਿਹੜੀ ਅੱਗ ਲੱਗੀ ਵੀ ਹੈ ਕਮਿਊਨਲ ਬੇਸ ਦੇ ਉੱਤੇ, ਉਹਦਾ ਫਿਰ ਅਸਰ ਜਿਹੜਾ ਇੱਥੇ ਵੀ ਪੈਂਦਾ। ਇਸ ਲਈ ਬੇਨਤੀ ਇਹ ਹੈ ਕਿ ਇਹਦੇ ਤੇ ਜਿਹੜਾ ਹੈਗਾ ਛੇਤੀ ਜਿਹੜਾ ਕੋਈ ਐਕਸ਼ਨ ਲਿਆ ਜਾਵੇ, ਇਹਦੇ ਤੇ ਕੀਤਾ ਜਾਵੇ। ਮਾਲਵਿੰਦਰ ਸਿੰਘ ਕੰਗ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਮਾਮਲਾ ਉਠਾਇਆ ਜੀ, ਅਤੇ ਮੈਂ ਸਮਝਦਾ ਕਿ ਪੜ੍ਹੇ ਲਿਖੇ ਬੰਦੇ ਪਾਰਲੀ, ਬਿਲਕੁਲ ਬੋਲੋ ਤੁਸੀਂ ਬੋਲਣਾ, ਮੈਂ ਆਹੀ ਕਹਿੰਦਾ ਸੀ, ਇਹੀ ਫਰਕ ਹੈ ਜੀ ਪੜ੍ਹੇ ਲਿਖੇ ਬੰਦਿਆਂ ਦਾ ਤੇ ਸੰਜੀਦਾ ਬੰਦਿਆਂ ਦਾ। ਬਿਲਕੁਲ ਬਿਲਕੁਲ ਬਿਲਕੁਲ, ਇਹਦੇ ਭਾਵਨਾ ਮੈਨੂੰ ਸਮਝਦੇ ਹੋਏ, ਹੁਣ ਆਮ ਆਦਮੀ ਪਾਰਟੀ ਨੂੰ ਆਪਾਂ ਧਾਰਮਿਕ ਪਾਰਟੀ ਦਾ ਕਹਿ ਨਹੀਂ ਸਕਦੇ, ਪਰ ਕਿਉਂਕਿ ਹੁਣ ਜਿਹੜਾ ਬੰਦਾ ਇੱਕ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਬੰਦਾ, ਯੂਨੀਵਰਸਿਟੀ ਦਾ 2 ਵਾਰੀ ਪ੍ਰੈਜੀਡੈਂਟ ਰਿਹਾ ਹੋਇਆ, ਉਹਨੂੰ ਪਤਾ ਵੀ ਇਹਦੀ ਮਜ਼ਾਕ ਕੀ ਹੈ। ਇਹਦੇ ਤੋਂ ਪਹਿਲਾਂ ਤੁਸੀਂ ਦੇਖੋ ਕਿ ਇਹੀ ਗੱਲਾਂ ਜਿਹੜੀਆਂ ਹੋਰ ਲੋਕ ਵੀ ਕਹਿ ਚੁੱਕੇ ਹੈ ਜੀ,
ਸੁਨੀਲ ਜਾਖੜ ਨੇ ਅਕਾਲੀ ਦਲ ਦੇ ਲੈ ਕੇ ਜਿੱਕੇ, ਜੇ ਅਕਾਲੀ ਦਲ ਕਮਜ਼ੋਰ ਹੋ ਗਿਆ ਤਾਂ ਸਮਾਜ ਨੂੰ ਕੀ ਨੁਕਸਾਨ ਹੋ ਸਕਦਾ ਹੈ, ਦੇਸ਼ ਨੂੰ ਕੀ ਨੁਕਸਾਨ ਹੋ ਸਕਦਾ, ਉਹ ਵੀ ਆਪਦੇ ਵਿਚਾਰ ਪ੍ਰਗਟ ਕਰ ਚੁੱਕੇ ਹੈ। ਪੜ੍ਹੇ ਲਿਖੇ ਬੰਦੇ ਦਾ ਤੇ ਅਨਪੜ੍ਹ ਬੰਦੇ ਦਾ ਇਹੀ ਫਰਕ ਹੁੰਦਾ ਹੈ। ਸੋ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਮਾਮਲਾ ਉਠਾਇਆ। ਅਸੀਂ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਦੇਸ਼ ਦੀ ਪਾਰਲੀਮੈਂਟ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਇਹ ਮਾਮਲਾ ਸਿਰਫ ਇੱਕ ਭਾਈਚਾਰੇ ਦਾ ਨਹੀਂ, ਇਹ ਮਨੁੱਖਤਾ ਦਾ ਮਾਮਲਾ ਹੈ ਜੀ। ਪਰ ਇਹਦੇ ਇਹਨੂੰ ਜਿਹੜੀ ਹੈਗੀ ਆ ਤਰਜੀਹੀ ਆਧਾਰ ਦੇ ਉੱਤੇ ਇਹਨੂੰ ਜਿਹੜੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਜੀ। ਜੀ ਵੈਸੇ ਢਿੱਲੋਂ ਸਾਹਿਬ, ਗੱਲ ਇਹ ਹੈ ਵੀ ਮਾਲਵਿੰਦਰ ਸਿੰਘ ਕੰਘੋਲਾ ਨੇ ਉੱਥੇ ਮਾਮਲਾ ਚੁੱਕਿਆ, ਬੜੀ ਵਧੀਆ ਗੱਲ ਹੈ। ਇਹਦੇ ਉੱਤੇ ਹੁਣ ਅੱਗੇ ਦੇਖਦੇ ਹਾਂ ਕੀ ਅਸਰ ਹੁੰਦਾ। ਮਾਲਵਿੰਦਰ ਸਿੰਘ ਕੰਘ ਦੀ ਖੁਦ ਦੀ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਸੱਤਾ 'ਚ ਹੈ, ਉਹ ਇਹਨੂੰ ਕਿਸ ਤਰ੍ਹਾਂ ਲੈਂਦੀ ਹੈ? ਇਹ ਇੱਕ ਵੀ ਸਭ ਤੋਂ ਵੱਡੀ ਚੁਣੌਤੀ ਹੈ, ਕਿਉਂਕਿ ਸਬਜੈਕਟ ਤਾਂ ਇੱਕ ਵਾਰੀ ਫੋਰ ਦਾ ਟਾਈਮਿੰਗ ਤਾਂ ਸਬਜੈਕਟ ਸਟੇਟ ਦਾ ਨਾ, ਇਹ ਫੈਡਰਲ ਤਾਂ ਹੈ ਨਹੀਂ, ਕੇਂਦਰ ਦਾ ਤਾਂ ਹੈ ਨਹੀਂ। ਨਹੀਂ, ਕੇਂਦਰ ਦਾ ਬਣ ਜਾਂਦਾ ਕਿਉਂਕਿ ਇੰਟਰਸਟੇਟ ਹੋ ਗਿਆ ਜੀ। ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਉਹ ਇਕੱਲੇ ਪੰਜਾਬ ਤੱਕ ਸੀਮਿਤ ਨਹੀਂ ਨਾ, ਉਹ ਤਾਂ ਸੰਸਾਰ ਵਿਆਪੀ ਹੈ ਜੀ। ਔਰ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸਿੱਖ ਭਾਈਚਾਰਾ ਰਹਿੰਦਾ, ਉੱਥੇ ਵੀ ਗੁਰੂ ਗ੍ਰੰਥ ਸਾਹਿਬ, ਗੁਰੂ ਘਰ ਵੀ ਹੈਗੇ, ਉੱਥੇ ਪ੍ਰਕਾਸ਼ ਹੁੰਦੇ ਆ ਗੁਰੂ ਗ੍ਰੰਥ ਸਾਹਿਬ, ਉਹ ਹੁੰਦੇ ਆ ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਜਿਹੜਾ ਮਸਲਾ ਖੜਾ ਹੋਇਆ ਮੇਨ, ਉਹ ਤਾਂ ਜ਼ਿਆਦਾ ਪੰਜਾਬ ਦਾ ਹੀ ਹੋਇਆ ਜੀ, ਜਿਹੜਾ ਉਹ ਪੰਜਾਬ ਦਾ। ਪਰ ਜਿਹੜੀ ਤੁਸੀਂ ਇਸ ਪਾਰਟੀ ਵਾਲੀ ਗੱਲ ਕਰਦੇ ਹੋ, ਪਾਰਟੀ ਦੀ ਗੱਲ ਜਿਹੜੀ ਹੈਗੀ ਹੈ, ਇਕੱਲੀ ਇਸ ਪਾਰਟੀ ਦੀ, ਆਪਾਂ ਕਈ ਪਾਰਟੀਆਂ ਦੀ ਗੱਲ ਕਰ ਲੈਣੇ ਜੀ। ਅਕਾਲੀ ਦਲ ਇੱਥੇ ਰਿਹਾ, ਅਕਾਲੀ ਦਲ ਨੂੰ ਵੀ ਜਿੰਨੀ ਇਹਨੂੰ ਦੇਣੀ ਚਾਹੀਦੀ ਸੀਗੀ ਤਰਜੀਹ, ਉਹ ਨਹੀਂ ਦਿੱਤੀ ਜੀ। ਉਹ ਤੋਂ ਬਾਅਦ ਆਪਾਂ ਇਹ ਦੇਖੇ ਕਿ ਇਹ ਪਾਰਟੀ ਬਣੀ ਜੀ। ਜਦੋਂ ਇਹ ਪਾਰਟੀ ਬਣੀ, ਇਹ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜਿਆ, ਫਿਰ ਇਹਨਾਂ ਨੇ ਦੂਜੀ ਇਲੈਕਸ਼ਨ ਲੜੀ, ਤੇ ਦੂਜੀ ਇਲੈਕਸ਼ਨ ਲੜਨ ਵੇਲੇ ਜੀ ਇਹਨਾਂ ਨੇ ਜਦੋਂ ਐਤਕੀ 2022 ਵਾਲੀ ਇਲੈਕਸ਼ਨ ਲੜੀ ਆ, ਉਹ ਤੋਂ ਪਹਿਲਾਂ ਜਿਹੜਾ ਬੰਦਾ ਬੇਅਦਬੀ ਦੇ ਮੁੱਦੇ ਤੇ ਅਸਤੀਫਾ ਦੇ ਗਿਆ ਸੀ ਜੀ, ਉਹਦਾ ਨਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ। ਔਰ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਚੇਚੇ ਤੌਰ ਤੇ ਕੇਜਰੀਵਾਲ ਨੇ ਆ ਕੇ ਜੁਆਇਨ ਕਰਵਾਇਆ ਸੀ ਜੀ, ਕਿ ਆਓ ਕੁੰਵਰ ਜੀ ਤੁਹਾਡੀ ਲੋੜ ਹੈ ਜੀ। ਤੇ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਦੋਂ ਜੁਆਇਨ ਕਰਵਾਇਆ, ਉਸ ਵੇਲੇ ਜਿਹੜੇ ਉਹਨਾਂ ਨੇ ਸ਼ਬਦ ਕਹੇ ਸੀ ਉਹ ਯਾਦ ਕਰ ਲਓ, ਉਹਨਾਂ ਨੇ ਕੀ ਕਿਹਾ ਸੀ ਕਿ ਇਹ ਉਹ ਬੰਦਾ ਹੈ ਜੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਰੀ ਤਫਤੀਸ਼ ਕੀਤੀ ਹੋਈ ਹੈ ਜੀ। ਔਰ ਇਹਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ, ਇਹਨੂੰ ਤੁਸੀਂ ਅਸੀਂ ਇਹਨੂੰ ਜੁਆਇਨ ਕਰਾ ਲਿਆ, ਇਹਨੂੰ ਤੁਸੀਂ ਲੋਕ ਜਿਤਾਓ, ਅਸੀਂ ਇਹਨੂੰ ਇੰਨੀ ਤਾਕਤ ਦੇ ਦਿਆਂਗੇ ਕਿ ਜਿਹੜੀ ਇਹਨੇ ਪਹਿਲਾਂ ਦੂਜਿਆਂ ਤੋਂ ਕੰਮ ਕਰਾਉਣਾ ਸੀ ਉਹ ਇਹ ਕੰਮ ਆਪ ਕਰੂਗਾ, ਮਤਲਬ ਸਜ਼ਾ ਦੇਣ ਵਾਲਾ ਵੀ ਆਪ ਹੋਊਗਾ। ਉਹਨਾਂ ਦਾ ਭਾਵ ਸੀ ਕਿ ਇਹਨੂੰ ਅਸੀਂ ਵਜ਼ੀਰ ਬਣਾ ਦਿਆਂਗੇ ਜੀ। ਚਲੋ ਵਜ਼ੀਰ ਤਾਂ ਕੀ ਬਣਾਉਣਾ ਸੀ, ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਨੂੰ ਲੈ ਕੇ ਬਾਰ ਬਾਰ ਬੇਨਤੀਆਂ ਕਰ ਰਹੇ ਕਿ ਮੈਨੂੰ ਬੋਲਣ ਦਾ ਟਾਈਮ ਦੇ ਦਿਓ ਅਸੈਂਬਲੀ ਚ ਜੀ ਜੀ। ਉਹਨੂੰ ਬੋਲਣ ਦਾ ਟਾਈਮ ਨਹੀਂ ਮਿਲਦਾ, ਟਾਈਮ ਕਿਹੜੇ ਦੇਣਾ ਮਾਣਯੋਗ ਸਪੀਕਰ ਸਾਹਿਬ ਨੇ ਜੀ। ਤੇ ਮੈਂ ਇਹ ਵੀ ਯਾਦ ਕਰਾਉਣੀ ਚਾਹੁੰਦਾ ਕਿ ਉਹੀ ਸਪੀਕਰ ਸਾਹਿਬ ਆ ਜਾਂ ਦਾਨੇ ਵਾਲੀਆ ਸਾਹਿਬ, ਤੁਸੀਂ ਵੀ ਚਸ਼ਮਦੀਦ ਗਵਾਹ ਹੋ ਜੀ। ਜਦੋਂ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਹਾਂਜੀ ਹਾਂਜੀ, ਤੇ ਇਹ ਸਪੀਕਰ ਸਾਹਿਬ ਉਸ ਵੇਲੇ ਤਾਂ ਮਤਲਬ MLA ਵੀ ਹੈ ਨਹੀਂ ਸੀ ਨਾ, ਆਪਣੇ ਵਰਗੇ ਹੀ ਬੰਦੇ ਸੀਗੇ। ਉਸ ਵੇਲੇ ਜੱਥਾ ਲੈ ਕੇ ਗਏ ਸੀ, ਆਮ ਆਦਮੀ ਪਾਰਟੀ ਸਰਗਰਮ ਸੀ ਬਿਲਕੁਲ, ਉਸ ਵੇਲੇ ਵੀ ਜੱਥਾ ਲੈ ਕੇ ਗਏ ਸੀ, ਮਤਲਬ ਇਹਨਾਂ ਦਾ ਵੀ ਦਿਲ ਬਰੂਦਿਆ, ਜਿਹੜਾ ਹਿਰਦਾ ਬਲੂੰਦਰਿਆ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜੀ। ਉਹ ਤੋਂ ਬਾਅਦ ਫਿਰ ਯਾਦ ਕਰੋ ਤੁਸੀਂ ਉਹ ਟਾਈਮ ਜਦੋਂ ਵਕੀਲਾਂ ਦੀ ਇੱਕ ਟੀਮ ਆਈ ਸੀ ਬਹਿਬਲ ਕਲਾਂ ਵਾਲੇ ਮੋਰਚੇ ਦੇ ਵਿੱਚ ਜੀ, ਪਹਿਲਾਂ ਸ਼ੁਰੂ ਸ਼ੁਰੂ ਸਰਕਾਰ ਬਣੀ ਆ ਵੀ ਅਸੀਂ ਆਹ ਕਰਾਂਗੇ, ਉਦੋਂ ਵੀ ਇਹ ਉੱਥੇ ਬੈਠੇ ਸੀ ਜੀ। ਔਰ ਇਹਨਾਂ ਨੇ ਕਿਹਾ ਸੀ ਕਿ ਜੇ ਮਸਲਾ ਹੱਲ ਨਾ ਹੋਇਆ, ਟਾਈਮ ਵੀ ਦਿੱਤਾ ਸੀ ਇਹਨਾਂ ਨੇ, ਟਾਈਮ ਲਿਮਿਟ ਫਿਕਸ ਕੀਤੀ ਸੀ ਸਪੀਕਰ ਸਾਹਿਬ ਨੇ, ਫਿਰ ਇਹਨਾਂ ਨੇ ਕਿਹਾ ਸੀ ਮੈਂ ਉੱਚੀ ਕੁਰਸੀ ਤੇ ਨਹੀਂ ਬਹਿੰਦਾ, ਮੈਂ ਤੁਹਾਡੇ ਨਾਲ ਬੈਠੂਗਾ ਹਾਂਜੀ। ਔਰ ਗੁਰੂ ਗ੍ਰੰਥ ਸਾਹਿਬ ਦੀ ਆਜ਼ਮਤ ਵਾਸਤੇ ਇਹਦੀਆਂ 20 ਕੁਰਸੀਆਂ ਕੁਰਬਾਨ ਕਰ ਦਿਆਂਗੇ ਜੀ। ਪਰ ਹੁਣ ਉਹ ਜੇ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਜਿਹੜੀ ਬੇਅਦਬੀ ਹੋਈ ਆ, ਉਸ ਕੇਸ ਨਾਲ ਸੰਬੰਧਿਤ ਕੁਛ ਹਕੀਕਤ ਬਿਆਨ ਕਰਨੀ ਚਾਹੁੰਦੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੂੰ ਫਿਰ ਉੱਥੇ ਜਿਹੜੀ ਹੈ ਇਜਾਜ਼ਤ ਨਹੀਂ ਮਿਲਦੀ, ਉਹਨਾਂ ਨੂੰ ਸਮਾਂ ਨਹੀਂ ਮਿਲਦਾ। ਹਾਂ,
ਇਸੇ ਹੀ ਬੋਧ ਸਿੰਘ ਬਾਰੇ ਜੇ ਕੋਈ ਗੱਲ ਕਰਨੀ ਹੈ ਤਾਂ ਉਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਮਦਦ ਵੀ ਲੈ ਲਈ ਜਾਂਦੀ ਹੈ। ਦੱਸੋ ਜੀ ਆਪਾਂ ਕੀ ਕਰੀਏ, ਉਦੋਂ ਉਹਦੀ ਯੋਗਤਾ ਜਿਹੜੀ ਦਿਖਦੀ ਹੈ ਵੀ ਇਹਦੀ ਯੋਗਤਾ ਇਹ ਪੁਲਿਸ ਅਫਸਰ ਹੈ, ਪਰ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਆਉਂਦਾ ਉਦੋਂ ਭੁੱਲ ਜਾਂਦੇ ਵੀ ਇਹ ਪੁਲਿਸ ਅਫਸਰ ਕੁਛ ਕਰ ਸਕਦਾ, ਇਹਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਜੀ ਤੇ ਇੱਕ ਦੂਜੀ ਗੱਲ ਦੱਸੋ ਵੀ ਨਾਲੇ ਕਹਿੰਦੇ ਸੀ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਨਹੀਂ ਕੀਤਾ, ਕਹਿੰਦੇ ਜੀ ਉਹਨਾਂ ਦੀ ਤਾਂ ਸਿਹਤ ਦੀ ਜਿਹੜੀ ਹੈ ਅਸੀਂ ਚੈਕਿੰਗ ਕਰਾਉਣ ਲਈ ਲੈ ਕੇ ਗਏ ਹਾਂ, ਤੇ ਕਿਸਾਨ ਜਦੋਂ ਉੱਥੇ ਮਿਲ ਗਏ ਉੱਧਰ ਕਿਸਾਨ ਵੀ ਫੜ ਲਏ, ਤੇ ਜਿਹੜੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਪੇਚਾ ਫਸਿਆ ਹੋਇਆ ਵੀ ਹਸਪਤਾਲ 'ਚੋਂ ਰਿਹਾਈ ਕਰਾਉਣੀ ਹੈ, ਕਿੱਥੋਂ ਰਿਹਾਈ ਕਰਾਉਣੀ ਹੈ, ਕੀ ਵਾਕਿਆ ਉਹਨਾਂ ਨੂੰ ਫੜਿਆ ਵੀ ਇੱਕ 605 ਮਾਮਲਾ ਹੋਇਆ ਪਿਆ ਜੀ? ਦੇਖੋ ਡੱਲੇਵਾਲ ਸਾਹਿਬ ਇੱਕ ਸਧਾਰਨ ਵਿਅਕਤੀ ਨਹੀਂ ਜੀ, ਉਹ ਸੀਨੀਅਰ ਸਿਟੀਜ਼ਨ ਹੈ, ਉਹ ਕਿਸਾਨਾਂ ਦੇ ਉਸ ਮੋਰਚੇ ਦਾ ਹਿੱਸਾ ਰਿਹਾ ਜਿਸ ਮੋਰਚੇ ਨੇ 700 ਤੋਂ ਵੱਧ ਸ਼ਹਾਦਤਾਂ ਦੇ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੰਪੈਲ ਕਰਤਾ ਸੀ ਜੀ ਕਿ ਉਹ ਕਾਲੇ ਕਾਨੂੰਨ ਜਿਸ ਪਾਰਲੀਮੈਂਟ ਰਾਹੀਂ ਪਾਸ ਕੀਤੇ ਗਏ ਆ ਉਸੇ ਰਾਹੀਂ ਰੱਦ ਕਰਵਾਉਣ ਜੀ, ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਮੁਆਫੀ ਮੰਗਣ ਲਈ ਵੀ ਮਜਬੂਰ ਕੀਤਾ ਸੀ, ਉਸ ਮੋਰਚੇ ਦਾ ਉਹ ਹਿੱਸਾ ਰਹੇ ਹੈ ਜੀ। ਇਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਮੋਰਚੇ ਦੇ ਵਿੱਚ ਕੁਛ ਤਰੇੜਾ ਆ ਗਿਆ ਤੇ ਅੱਜ ਉਹ ਪਾਸੇ ਬੈਠੇ ਹੈ, ਤੇ ਮੇਰਾ ਖਿਆਲ ਆ ਵੀ ਸ਼ਾਇਦ ਹੁਣ ਨੂੰ ਟੰਡੀਆਂ ਜਿਹੜੀਆਂ ਖੜਕੀਆਂ ਨੇ ਇਹਨਾਂ ਦਾ ਕਾਰਨ ਇਹੋ ਹੀ ਹੈ ਕਿ ਕਿਸਾਨਾਂ ਦੇ ਵਿੱਚ ਆਪਸੀ ਏਕਤਾ ਦੀ ਘਾਟ ਹੈ ਜੀ, ਪਰ ਉਹ ਆਪਦੇ ਇੱਕ ਗਰੁੱਪ ਹੈ ਉਹਨਾਂ ਦਾ, ਉਸ ਗਰੁੱਪ ਦੇ ਲੀਡਰ ਹੈ, ਉਹ ਗਰੁੱਪ ਵੱਖ ਵੱਖ ਜਥੇਬੰਦੀਆਂ ਦਾ ਗਰੁੱਪ ਹੈ ਜਿਹਨੂੰ ਉਹਨਾਂ ਨੇ ਗੈਰ ਸਿਆਸੀ SKMKS ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਜੀ ਜੀ, ਔਰ ਉਹਦੇ ਵਿੱਚ ਕਈ ਸਟੇਟਾਂ ਦੀਆਂ ਜਥੇਬੰਦੀਆਂ ਸ਼ਾਮਿਲ ਹੈ ਜੀ, ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਨੂੰ ਪੁਲਿਸ ਲੈ ਕੇ ਗਈ ਹੈ। ਪਰ ਦਾਨੇ ਵਾਲੀਆ ਸਾਹਿਬ, ਜਦੋਂ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੁਪਰੀਮ ਕੋਰਟ ਦੀਆਂ ਹਦਾਇਤਾਂ, ਉਦੋਂ ਇਹ ਹੁਕਮ ਹੈ ਕਿ ਤੁਸੀਂ ਉਹਦੇ ਪਰਿਵਾਰ ਨੂੰ ਸੂਚਿਤ ਕਰੋ ਕਿ ਇਹ ਬੰਦੇ ਨੂੰ ਅਸੀਂ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜੀ, ਉਹਦੀਆਂ ਧਰਾਵਾਂ ਦੱਸੋ, ਉਸ ਬੰਦੇ ਨੂੰ ਆਪਦੇ ਪਰਿਵਾਰ ਦੇ ਨਾਲ ਜਿਹੜਾ ਗੱਲ ਕਰਨ ਵਾਸਤੇ ਟੈਲੀਫੋਨ ਤੁਸੀਂ ਮੁਹੱਈਆ ਕਰਵਾਓਗੇ ਜੀ, ਪਰ ਇੱਥੇ ਨਾ ਟੈਲੀਫੋਨ ਮੁਹੱਈਆ ਕਰਵਾਇਆ ਨਾ ਪਰਿਵਾਰ ਨੂੰ ਦੱਸਿਆ ਕਿ ਅਸੀਂ ਗ੍ਰਿਫਤਾਰ ਕਾਹਦੇ 'ਚ ਕੀਤਾ ਹੈ ਜੀ, ਤੇ ਦੱਸੇ ਵੀ ਕੀ ਜਦੋਂ ਗ੍ਰਿਫਤਾਰੀ ਕਿਸੇ ਪਰਚੇ 'ਚ ਤਾਂ ਕੀਤੀ ਨਹੀਂ ਹਾਂਜੀ, ਕੋਈ ਉਹਨਾਂ ਦੀ ਨਜ਼ਰਬੰਦੀ ਨਹੀਂ ਕੀਤੀ ਵੀ। ਹਾਂ, ਉਹਨਾਂ ਨੂੰ ਆਪਾਂ ਇਹ ਕਹਿ ਸਕਦੇ ਇੱਕ ਕਿਸਮ ਦਾ ਪੁਲਿਸ ਲੈਗੀ ਤੇ ਲੈ ਕੇ ਹਸਪਤਾਲ 'ਚ ਜਮ੍ਹਾਂ ਕਰਵਾਤਾ। ਇਹਦੇ ਤੇ ਮੈਂ ਇੱਕ ਕਿਸਾਨ ਲੀਡਰ ਨੂੰ ਬੋਲਦਾ ਸੁਣ ਰਿਹਾ ਸੀ, ਉਹ ਕਹਿੰਦਾ ਜੀ ਅਗਵਾ ਕੀਤਾ ਹੈ ਜੀ, ਤੇ ਫਿਰ ਜੇ ਆਪਾਂ ਸੈਂਸ ਦੇਖੀਏ ਤਾਂ ਸੈਂਸ ਤਾਂ ਅਗਵਾਲੀ ਨਿਕਲਦੀ ਹੈ, ਅਗਵਾਲੀ ਨਿਕਲਦੀ ਹੈ, ਹੋਰ ਅਗਵਾ ਹੋਰ ਕੀ ਹੁੰਦਾ ਹੈ, ਇਹੀ ਹੁੰਦਾ ਕਿ ਬੰਦੇ ਨੂੰ ਤੁਸੀਂ ਛੱਡਣਾ ਵੀ ਨਹੀਂ, ਉਹਦੀ ਗ੍ਰਿਫਤਾਰੀ ਵੀ ਨਹੀਂ ਪਾਉਣੀ, ਉਹਨੂੰ ਕਿਸੇ ਅਦਾਲਤ 'ਚ ਵੀ ਨਹੀਂ ਪੇਸ਼ ਕਰਨਾ ਜੀ। ਇਹ ਮੁੱਦਾ ਇਸ ਲਈ ਉੱਠਿਆ ਕਿਉਂਕਿ ਡੱਲੇਵਾਲ ਸਾਹਿਬ ਨੇ ਇਹ ਐਲਾਨ ਕਰਤਾ ਸੀ ਕਿ ਜੀ ਮੈਂ ਮਰਨ ਵਰਤੇ ਬੈਠੂੰਗਾ ਜੀ, ਸਵੇਰੇ ਉਹਨਾਂ ਨੇ ਮਰਨ ਵਰਤੇ ਬੈਠਣਾ ਸੀ, ਉੱਥੋਂ ਉਹਨਾਂ ਨੂੰ ਪੁਲਿਸ ਚੁੱਕ ਲਿਆ, ਪਹਿਲਾਂ ਤਾਂ ਇਹ ਨਹੀਂ ਪਤਾ ਲੱਗਿਆ ਪੁਲਿਸ ਕਿਹੜੀ ਸੀ ਜੀ, ਫਿਰ ਦੁਪਹਿਰੇ ਦੇ ਜਿਹੜੀ ਅਗਲੇ ਦਿਨ DIG ਸਾਹਿਬ ਨੇ ਇੱਕ ਵੀਡੀਓ ਬਣਾ ਕੇ ਪਾਤੀ ਜੀ ਸਾਡੀ ਪੰਜਾਬ ਪੁਲਿਸ ਲੈ ਕੇ ਆਈ ਹੈ ਤੇ ਲੁਧਿਆਣੇ ਅਸੀਂ ਉਹਨਾਂ ਨੂੰ ਦਾਖਲ ਕਰਾਤਾ ਜੀ। ਉਹਨਾਂ ਨੂੰ ਮਿਲਣ ਵਾਸਤੇ ਪਾਰਲੀਮੈਂਟ ਦਾ ਮੈਂਬਰ ਜਾਂਦਾ ਹੈ ਸਰਬਜੀਤ ਸਿੰਘ, ਉਹਨੂੰ ਇਜਾਜ਼ਤ ਨਹੀਂ ਮਿਲਦੀ, ਉਹਨੂੰ ਮਿਲਣ ਵਾਸਤੇ ਪੱਤਰਕਾਰ ਜਾਂਦੇ ਆ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਦੀ, ਜੇ ਦੋ ਕਿਸਾਨ ਜਾਂ ਚਾਰ ਕਿਸਾਨ ਮਿਲਣ ਵਾਸਤੇ ਜਾਂਦੇ ਆ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਦੀ। ਕਿਸਾਨ ਆਪਦੇ ਲੀਡਰ ਦੇ ਦਰਸ਼ਨ ਕਰਨ ਲਈ ਉਤਾਵਲੇ ਹੈ, ਦੇਖਣ ਲਈ ਉਤਾਵਲੇ ਕਿ ਉਹਦੀ ਸਿਹਤ ਕਿਵੇਂ ਹੈ ਜੀ, ਉਹਨਾਂ ਨੂੰ ਜਾਣ ਨਹੀਂ ਦਿੰਦਾ, ਉਹ ਧਰਨੇ ਤੇ ਬੈਠ ਜਾਂਦੇ, ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਜਾਂਦਾ ਜੀ, ਇਹ ਸਾਰਾ ਕੁਛ ਚੱਲ ਰਿਹਾ। ਇਹ ਤਾਂ ਹੈਗਾ ਗ੍ਰਿਫਤਾਰੀ ਦਾ ਮਾਮਲਾ ਜੀ, ਪਰ ਨਾਲ ਪੁਲਿਸ ਨੇ ਦੂਜਾ ਕੰਮ ਵੀ ਸ਼ੁਰੂ ਕਰਤਾ ਵੀ ਥੋੜਾ ਥੋੜਾ ਇਹਨਾਂ ਨੂੰ ਜਿਹੜਾ ਹੈਗਾ ਟਿਕਾਓ ਵੀ ਕਿਸਾਨਾਂ ਨੂੰ ਜੀ। ਕੱਲ ਅਚਨਚੇਤ ਪੁਲਿਸ ਦੀ ਇੱਕ ਟੀਮ ਪਹੁੰਚਦੀ ਹੈ ਜੀ ਉੱਥੇ ਬਾਰਡਰ ਤੇ ਜੀ, ਜਿੱਥੇ ਕਿਸਾਨ ਮੋਰਚੇ ਤੇ ਬੈਠੇ ਤੇ ਇੱਕ ਹੋਰ ਕਿਸਾਨ ਸੁਖਜੀਤ ਸਿੰਘ ਜਿਹੜਾ ਹੈਗਾ ਉਹਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ। ਅੱਛਾ ਜੀ, ਉਹ ਗਏ ਸੀ ਐਕਚੁਅਲੀ ਉਹਦਾ ਮਰਨ ਵਰਤ ਛਡਵਾਉਣ ਵਾਸਤੇ ਜੀ, ਪੁਲਿਸ ਗਈ, ਕਿਸਾਨਾਂ ਨੂੰ ਫਿਰ ਭੁਲੇਖਾ ਪੈ ਗਿਆ, ਕਿਸਾਨਾਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਘੇਰਾ ਪਾ ਲਿਆ। ਠੀਕ ਹੈ ਜੀ, ਬਹੁਤ ਘੱਟ ਲੋਕਾਂ ਨੂੰ ਪਤਾ ਵੀ ਉੱਥੇ ਘੇਰਾ ਪਿਆ ਹੋਇਆ ਸੀ। ਇਹ ਜਿਹੜੀ ਹੈਗੀ ਹੈ ਇੱਕੋ ਅਖਬਾਰ ਨੇ ਅੱਜ ਭਾਸਕਰ ਨੇ ਇਹ ਖਬਰ ਲਾਈ ਹੋਈ ਹੈ ਜੀ, ਉੱਥੇ ਉਹਨਾਂ ਨੂੰ ਘੇਰਾ ਪਾ ਲਿਆ 20 ਮਿੰਟ ਅੱਧਾ ਘੰਟਾ ਉੱਥੇ ਉਹਨਾਂ ਦੀ ਆਪਸ ਮੇ ਗੱਲਬਾਤ ਹੁੰਦੀ ਹੈ, ਲੇਕਿਨ ਕਿਸਾਨਾਂ ਨੇ ਕਹਿਤਾ ਕਿ ਜਿੰਨੀ ਦੇਰ ਤੱਕ ਤੁਸੀਂ ਡੱਲੇਵਾਲ ਸਾਹਿਬ ਨੂੰ ਇੱਥੇ ਨਹੀਂ ਲੈ ਕੇ ਆਉਂਦੇ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦੇ।
ਉਹਨਾਂ ਨੂੰ ਲੈ ਕੇ ਆਓ। ਇਹਦੇ ਤੇ ਪੁਲਿਸ ਵਾਲਿਆਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਦੱਸੋ ਵੀ ਤੁਹਾਡਾ ਕੀ ਹੈ, ਜਾਂ ਜਿਹੜੇ ਅਫਸਰ ਆਏ ਸੀਗੇ DIG SSP ਵਗੈਰਾ ਸਾਰੇ ਜੀ, ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਸਾਡੀ ਗੱਲਬਾਤ ਹੋ ਗਈ, ਉਹਨਾਂ ਨੇ ਦੱਸਤਾ ਆਪਦਾ ਮਾਮਲਾ ਜੀ, ਤੇ ਅਸੀਂ ਇਹ ਮਾਮਲਾ ਜਿਹੜਾ ਹੈਗਾ ਅੱਗੇ ਜਿਹੜਾ ਥੋੜਾ ਸਰਕਾਰ ਦੇ ਕੋਲੇ ਪੇਸ਼ ਕਰਾਂਗੇ, ਸਰਕਾਰ ਜੋ ਹਦਾਇਤਾਂ ਦੇਊਗੀ ਤੇ ਅਸੀਂ ਉਹ ਜਿਹੜਾ ਹੈਗਾ ਉਹਦੇ ਮੁਤਾਬਕ ਫਿਰ ਉਹੀ ਕੁਛ ਕਰਾਂਗੇ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸਰਕਾਰ ਪੁਲਿਸ ਨੂੰ ਕਿਉਂ ਭੇਜਦੀ ਹੈ, ਸਰਕਾਰ ਆਪ ਕਿਉਂ ਨੀ ਗੱਲ ਕਰਦੀ? ਕੱਲ ਦੇ ਪਰਸੋਂ ਦੇ ਪ੍ਰੋਗਰਾਮ ਚ ਆਪਾਂ ਦਾਣੇ ਵਾਲੀ ਸਭ ਕਿਹਾ ਸੀ ਕਿ ਸ਼ਾਇਦ ਸਰਕਾਰ ਦੀਆਂ ਕੁਛ ਆਪਦੀਆਂ ਮੁਸ਼ਕਲਾਂ ਹੈ, ਅਜੂਨੀ ਮੁਸ਼ਕਲਾਂ ਹੈ, ਲਕੀਰ ਵੱਡੀ ਕਰਨ ਦਾ ਰੌਲਾ ਹੈ ਜੀ ਜੀ। ਤੇ ਹੁਣ ਮੈਨੂੰ ਜਿਹੜੀ ਅੱਜ ਤੁਹਾਨੂੰ ਪਤਾ ਵੀ ਮੈਂ ਬਾਹਰ ਆ ਇੱਥੋਂ ਤੇ ਮੈਂ ਅੱਜ ਜਿਹਨਾਂ ਸਰਕਲਸ ਦੇ ਵਿੱਚ ਫਿਰਦਾ ਥੋੜਾ ਜਿਹਾ, ਕਹਿੰਦੇ ਇਹ ਵੀ ਜਾਣਕਾਰੀ ਮਿਲੀ ਹੈ ਵੀ ਕੇਂਦਰ ਜੀ ਆਮ ਆਦਮੀ ਪਾਰਟੀ ਦਾ ਕੇਂਦਰ ਤੇ ਸਟੇਟ ਦੀ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੇ ਦਰਮਿਆਨ ਵੀ ਕਹਿੰਦੇ ਕੁਛ ਘੁਰਮੁਰ ਹੋਈ ਹੈ। ਅੱਛਾ ਜੀ, ਵੀ ਇਹ ਕੀ ਹੋ ਰਿਹਾ ਤੇ ਕੀ ਹੋ ਗਿਆ ਉਹਨੇ ਕਿਵੇਂ ਕਰਵਾਇਆ, ਕਿਵੇਂ ਹੋ ਗਿਆ? ਲੇਕਿਨ ਸਵਾਲ ਤਾਂ ਇਹ ਹੈ ਨਾ ਕਿ ਲੜਾਈ ਦਿੱਲੀ ਦੇ ਖਿਲਾਫ ਸੀ ਜੀ, ਤੇ ਪੈ ਗਈ ਇਹਨਾਂ ਦੇ ਗੱਲ 'ਚ, ਪਾਲੀ ਇਹਨਾਂ ਦੇ ਗੱਲ 'ਚ। ਦਾਨੇਲੀਆ ਸਾਹਿਬ ਐਵੇਂ ਕਹਿੰਦੇ ਹੁੰਦੇ ਨਾ ਵੀ ਉਹ ਸੁੱਤਿਆਂ ਦੀਆਂ ਕੱਟੀਆਂ ਨਹੀਂ ਜੰਮਦੀਆਂ, ਕੱਟੇ ਜੰਮਦੇ ਬਿਲਕੁਲ। ਹੁਣ ਤੁਸੀਂ ਉਹਨਾਂ ਅੰਦਾਜ਼ਾ ਲਾਓ ਕਿ ਉਹ ਦਿੱਲੀ ਨੂੰ ਜਾਂਦੇ ਸੀ, ਉਹ ਕਹਿੰਦੇ ਸੀ ਸਾਡਾ ਪੰਜਾਬ ਨਾਲ ਕੋਈ ਰੌਲਾ ਨੀ, ਪੰਜਾਬ ਨਾਲ ਗੁੱਸਾ ਹੈ, ਸਾਨੂੰ ਨਾਰਾਜ਼ਗੀ ਕੋਈ ਨੀ, ਨਾਰਾਜ਼ਗੀ ਤਾਂ ਦਿੱਲੀ ਨਾਲ ਹੈ, ਦਿੱਲੀ ਨਾਲ ਜਾਂਦੇ ਹੈ। ਇਹਨਾਂ ਨੇ ਮੋੜ ਕੇ ਉਹਨਾਂ ਨੂੰ ਕਹਿੰਦਾ ਦਿੱਲੀ ਨਾ ਜਾਓ, ਚੰਡੀਗੜ੍ਹ ਪਟਿਆਲੇ ਵੱਲ ਨੂੰ ਆ ਜਾਓ। ਤੇ ਹੁਣ ਤੁਸੀਂ ਟਾਈਮ ਉਹ ਯਾਦ ਕਰੋ ਜਦੋਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਰੇਲ ਗੱਡੀਆਂ ਵੀ ਰੋਕ ਰਹੀਆਂ ਸੀ ਕਿਸਾਨਾਂ ਨੇ ਜੀ, ਉਦੋਂ ਵੀ ਕੋਈ ਮੁੱਖ ਮੰਤਰੀ ਸੀ। ਅੱਜ ਆਪਾਂ ਮੁੱਖ ਮੰਤਰੀ ਨੂੰ ਜਿਹੜਾ ਮਰਜ਼ੀ ਹੈ ਮਾੜਾ ਕਹੀ ਜਾਈਏ, ਉਹਨੇ ਬੁਲਾਇਆ ਕਿਸਾਨਾਂ ਨੂੰ ਜੀ, ਉਹਨਾਂ ਨਾਲ ਚਾਹ ਪਾਣੀ ਪੀਤੀ, ਉਹਨਾਂ ਦੀ ਪਲੋਸਾ ਪਲਾਸੀ ਕੀਤੀ, ਜੱਫੀਆਂ ਪਾਈਆਂ, ਹੱਥ ਮਿਲਾਏ ਤੇ ਸਮਝਾਇਆ ਉਹਨਾਂ ਨੂੰ ਵੀ ਭਰਾਵੋ ਲੜਾਈ ਤਾਂ ਉਧਰ ਨਹੀਂ, ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ। ਬਿਲਕੁਲ, ਜਦੋਂ ਆਪਾਂ ਉਧਰ ਨੂੰ ਚਲੇ ਗਏ ਤੇ ਉਹਨਾਂ ਨੇ ਦਿੱਲੀ ਨੂੰ ਤੋੜਤੀ ਸੀ, ਉਹ ਲੜਾਈ ਆਪਦੇ ਗਲੋਂ ਕੱਢ ਕੇ ਇੱਕ ਨੇ ਦਿੱਲੀ ਦੇ ਗੱਲ ਪਾ ਦਿੱਤੀ ਤੇ ਦੂਜੇ ਨੇ ਦਿੱਲੀ ਦੇ ਕੱਢ ਕੇ ਗਲੋਂ ਗਲਾਵਾ ਆਪਦੇ ਗੱਲ ਚ ਪਾ ਲਿਆ ਜੀ। ਇਹ ਵੇਖਣੇ ਪੈਣਗੇ ਰੰਗ ਕਰਤਾਰ ਦੇ ਹੁਣ ਕਿੱਧਰ ਨੂੰ ਜਾਂਦੇ, ਉਹ ਕਹਿੰਦਾ ਕੀ ਹੋਊਗਾ, ਕਿਹੜਾ ਰੰਗ ਉਕੜੂਗਾ, ਕਹਿੰਦਾ ਵੇਖੀ ਚੱਲ ਰੰਗ ਕਰਤਾਰ ਦੇ, ਉਹ ਕਹਿੰਦਾ ਜਿਹੜਾ ਮਰਜ਼ੀ ਆ ਰੰਗਾ ਲਾ ਤੇ ਉਕੜੂ, ਕਹਿੰਦਾ ਬੈਂਗਣੀ, ਮੈਨੂੰ ਲੱਗੀ ਇਹਦਾ ਬੈਂਗਣੀ ਰੰਗ ਉਕੜਨ ਵਾਲੇ ਪਾਸੇ ਨੂੰ ਗੱਲ ਚੱਲ ਪਈ ਹੈ। ਦਾਨੇਲੀਆ ਸਾਹਿਬ ਬਹੁਤ, ਮਤਲਬ ਇਹਨੂੰ ਆਪਾਂ ਕੋਈ ਛੋਟੀ ਗੱਲ ਨਹੀਂ ਕਹਿ ਸਕਦੇ, ਇਹਨਾਂ ਨੇ ਬਹੁਤ ਕੱਲਾ ਕੰਮ ਕਰ ਲਿਆ ਜੀ। ਇਹ ਮੈਨੂੰ ਲੱਗਦਾ ਨਾ ਗੱਲ ਉਹੀ ਆ ਜਾਂਦੀ ਕਈ ਵਾਰੀ, ਆਪਾਂ ਕਹਿੰਦੇ ਵੀ ਇਹਨਾਂ ਦਾ ਸਲਾਹਕਾਰ ਕੌਣ ਹੈ ਯਾਰ, ਵੀ ਜਾਂ ਇਹਨਾਂ ਤੋਂ ਗਲਤੀ ਜਾਣ ਕੇ ਕਰਵਾਈ ਜਾ ਰਹੀ ਹੈ ਜਾਂ ਕਰ ਰਹੇ ਹੈ ਜਾਂ ਕੀ ਹੋ ਰਿਹਾ, ਵੀ ਇੱਕ ਬਹੁਤ ਵੱਡਾ ਵਿਸ਼ਾ ਬਣਿਆ ਹੋਇਆ। ਮੇਰਾ ਖਿਆਲ ਹੈ ਵੀ ਮੈਂ ਉਹਨਾਂ ਦੇ ਇੱਕ ਲੀਡਰ ਦੀ ਭਾਸ਼ਾ ਦੇ ਵਿੱਚ ਹੀ ਗੱਲ ਕਰ ਲੈਣਾ ਜੀ, ਇਹ ਹੁਣ ਸਲਾਹਕਾਰ ਨਹੀਂ, ਇਹ ਆਮ ਆਦਮੀ ਪਾਰਟੀ ਦਾ ਇੱਕ ਮਿੱਤਰ ਪਿਆਰਾ ਆਪਣਾ, ਉਹ ਵੀ ਪੱਤਰਕਾਰ ਹੀ ਹੈ, ਆਪਣੇ ਖੇਤਰ ਚ ਹੈ, ਉਹ ਅਕਸਰ ਲਿਖਦਾ ਹੁੰਦਾ ਸੀ ਪਹਿਲੀਆਂ ਸਰਕਾਰਾਂ ਵੇਲੇ ਜੀ, ਕਿ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਨਹੀਂ ਉਹ ਸਵਾਹਕਾਰ ਹੈ। ਮੇਰਾ ਕਹਿੰਦਾ ਵੀ ਸੁਖਬੀਰ ਸਿੰਘ ਬਾਦਲ ਦਾ ਤਾਂ ਜਿੱਥੇ ਗੱਲ ਪਹੁੰਚ ਗਈ ਹੈ ਪਹੁੰਚ ਹੀ ਗਈ ਹੈ, ਤੇ ਸਵਾਹਕਾਰ ਹੁਣ ਇੱਧਰ ਵੀ ਹੈਗੇ ਆ, ਉਹ ਸਵਾਹਕਾਰ ਹੀ ਸਾਰਾ ਕੁਛ ਸਵਾਹ ਕਰੀ ਜਾਂਦੇ ਹੈ। ਸੋ ਇੱਕ ਬ੍ਰੇਕ ਲੈ ਲਈਏ ਜੀ, ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। 15 ਚਲਾਉਂਦੇ ਜੱਪੇ ਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰੀਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ, ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ, ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW, ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ, ਮੰਨ ਲਓ 519-622-0660 519-622-0660 QTL, because we care.
ਬੇਸ਼ੁਮਾਰ ਤੇ ਲੇਟੈਸਟ ਵੈਰਾਇਟੀ ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੈਸ ਚੇਨ ਕੜੇ ਚੂੜੀਆਂ ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ ਦੋ ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 601-8797-2354 ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉਂ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 559-964-7787 ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟਾਫਟ ਹਾਈਵੇ ਤੇ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂਹੋਰੀ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਬਿਜ਼ਨਸ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇੰਟਰਨੈਸ਼ਨਲੀ ਜਿਹੜਾ ਹੈ ਉਹ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾ ਸਕਦੇ ਹੋ ਸੋ ਢਿੱਲੋਂ ਸਾਹਿਬ ਮੇਰੇ ਨਾਲ ਨੇ ਅਤੇ ਢਿੱਲੋਂ ਸਾਹਿਬ ਹੁਣ ਆਪਾਂ ਗੱਲ ਕਰੀਏ ਇੱਕ ਤਾਜ਼ਾ ਤਰੀਮ ਮਸਲਾ ਆਇਆ ਹੈ ਮਸਲਾ ਤਾਂ ਮੌੜ ਹਲਕੇ ਦਾ ਜੀ ਉੱਥੇ ਕੀ ਹੋਇਆ ਇੱਕ ਬੰਦੇ ਨੇ ਜ਼ਮੀਨ ਵੇਚੀ 20,000 ਚੋਂ ਦਾ 40,000 ਚੋਂ ਦਾ ਮੰਗਣ ਲੱਗ ਪਏ ਉਹ ਚਲਾ ਗਿਆ ਆਪਣੇ ਕਿਸੇ ਆਮ ਆਦਮੀ ਪਾਰਟੀ ਮੌਜੂਦਾ ਕਿਸੇ ਮੰਤਰੀ ਜੀ ਕੋਲ ਉਹਨਾਂ ਨੇ ਸਿਫਾਰਿਸ਼ ਕਰਤੀ ਅਤੇ ਰਿਸ਼ਵਤ ਤਹਿਸੀਲਦਾਰ ਸਾਹਿਬ ਨੇ ਵਧਾ ਕੇ ਕਰਤੀ ਜੀ 1.5 ਲੱਖ ਰੁਪਇਆ 1,20,000 ਲੈ ਲਿਆ ਹੁਣ ਉਹ ਤਾਂ ਪਛਤਾਈ ਜਾਂਦਾ ਵੀ ਯਾਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਜਿੰਨੇ ਪੋਰਟਲ ਪਾਰਟਲ ਬਣੇ ਨੇ ਅੱਜ ਹੁਣੇ ਮੈਨੂੰ ਮਿਲ ਕੇ ਗਏ ਆ ਖਬਰ ਅਜੇ ਮੈਂ ਉਹ ਪਾਉਣੀ ਹੈ ਉੱਧਰ ਕਹਿੰਦੇ ਤਹਿਸੀਲਦਾਰਾਂ ਦਾ ਪ੍ਰਧਾਨ ਉਹ ਕਹਿੰਦੇ ਮਲਾਈ ਛਕਦਾ ਫੜਿਆ ਗਿਆ ਅਤੇ ਪੰਜਾਬ ਭਰ ਦੇ ਵਿੱਚ ਸਾਰੇ ਉਹਨੂੰ ਬਚਾਉਣ 'ਤੇ ਹੋ ਗਏ ਇਹਨਾਂ ਦੇ ਸਾਥੀ ਉਹ ਕਿਹੜਾ ਪੱਤਰਕਾਰ ਹੈ ਵੀ ਜੇ ਇੱਕ ਸਾਥੀ ਫੜਿਆ ਜਾਊਗਾ ਤੇ ਦੂਜੇ ਹੱਸਣਗੇ ਫਿਰ ਵੀ ਉਹ ਸਿਆਣੇ ਬੰਦੇ ਆ ਪੈਸਾ ਕਮਾਉਣ ਵਾਲੇ ਕਹਿੰਦੇ ਹੁੰਦੇ ਨਾ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਜੀ ਉਹਨਾਂ ਦੇ ਘਰੇ ਭਾਈ ਦਾਣੇ ਆ ਉਹ ਤਾਂ ਜਾ ਕੇ ਆਪਦੇ ਤਹਿਸੀਲਦਾਰ ਦੇ ਮਗਰ ਆ ਗਏ ਤਹਿਸੀਲਦਾਰ ਇਹ ਵੀ ਉਵੇਂ ਫੜਿਆ ਗਿਆ ਜੀ ਕਾਰਨ ਇਹ ਹੈ ਕਿ ਉੱਥੇ ਉਹ ਬੰਦੇ ਦੇ ਕੋਲ ਤਾਂ ਜ਼ਮੀਨ ਹੀ ਥੋੜੀ ਸੀ ਮੇਰੇ ਖਿਆਲ 2 ਕਨਾਲਾਂ ਤੇ 4 ਵਿਸਵੇ ਸੀ ਜਿਹਨੇ ਫੜਾਇਆ ਰਜਿਸਟਰੀ ਉਹਨੇ ਕਰਵਾਉਣੀ ਸੀ ਜੀ ਤੇ ਰਜਿਸਟਰੀ ਜਿਹੜੀ ਆ ਪੇਸ਼ ਕਰਤੀ ਜੀ
ਤੇ ਰਜਿਸਟਰੀ ਪੇਸ਼ ਕੀਤੀ ਹੋਈ ਦੀ ਉਹ ਰੱਖ ਲਈ, ਉਹ ਕਹਿੰਦੇ ਵੀ ਓਨੀ ਦੇਰ ਇਹਦੇ ਦਸਖਤ ਨੀ ਹੁੰਦੇ, ਭਾਵੇਂ ਦਸਖਤ ਪਹਿਲਾਂ ਹੀ ਕਰ ਲਏ ਹੋਣ ਜੀ, ਇਹ ਮਿਲਦੀ ਨੀ ਜਿੰਨੀ ਦੇਰ ਮਿੱਤਰਾ ਤੂੰ ਮਤਲਬ ਜਿਹੜੀ ਆ ਉਹ ਮੂੰਹ ਮਿੱਠਾ ਨੀ ਕਰਾਉਂਦਾ ਜੀ। ਤੇ ਫਿਰ ਮੂੰਹ ਮਿੱਠਾ ਕਰਾਉਣ ਵਾਸਤੇ ਭੰਨ ਤੋੜ ਹੋ ਗਈ ਜੀ, 20,000 ਦੀ ਗੱਲ ਹੋ ਗਈ, 20,000 ਲੈ ਲਿਆ। ਤੇ ਉਧਰੋਂ ਵਿਜੀਲੈਂਸ ਵਾਲੇ ਤਿਆਰੀ ਖੜੋਤੇ ਸੀ ਜੀ, ਤੇ ਉਹਨਾਂ ਨੇ ਵਿਜੀਲੈਂਸ ਵਾਲਿਆਂ ਨੇ ਜੀ ਨਾਲ ਦੀ ਨਾਲ ਕਾਬੂ ਕਰ ਲਿਆ। ਉਹ ਮੂੰਹ ਤੇ ਰੁਮਾਲ ਜਿਹਾ ਬੰਨ ਕੇ ਫੋਟੋ ਖਿਚਵਾ ਕੇ ਵੀ ਭੇਜਤੀ ਪੱਤਰਕਾਰਾਂ ਨੂੰ ਵੀ ਲਾ ਦਿਓ, ਉਹਨਾਂ ਨੇ ਆਪਦੀ ਉਹ ਫੋਟੋ ਲਾਤੀ ਹੈ, ਅਖਬਾਰਾਂ ਛਪ ਗਈਆਂ। ਤੇ ਨਾਲ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਨੇ ਅੱਜ ਅਚਨਚੇਤ ਲੈ ਲਈ ਛੁੱਟੀ ਜੀ। ਤੇ ਛੁੱਟੀ ਲੈ ਕੇ ਉਹ ਕਹਿੰਦੇ ਜੀ ਬਰਨਾਲੇ ਅਸੀਂ ਉਹ DSP ਦੇ ਦਫ਼ਤਰ ਦੇ ਮੂਹਰੇ ਕਰਾਂਗੇ ਆਪਣਾ ਪ੍ਰੋਟੈਸਟ ਜੀ, ਜਿਹੜੇ ਨੇ ਸਾਡਾ ਤਹਿਸੀਲਦਾਰ ਫੜ ਲਿਆ। ਮੈਂ ਅੱਜ ਕੁਦਰਤੀ ਜਿਹੜੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਉਹਨਾਂ ਨੂੰ ਮਿਲਿਆ ਸੀ ਜੀ, ਉਹ ਕਹਿੰਦੇ ਯਾਰ ਦੱਸੋ ਹੁਣ ਕੀ ਆ ਵੀ ਜੇ ਅਸੀਂ ਕਰਪਟ ਬੰਦੇ ਨੂੰ ਫੜਦੇ ਆ ਲੋਕ ਫਿਰ ਵੀ ਰੌਲਾ ਪਾਉਂਦੇ ਆ, ਤੇ ਜੇ ਇਮਾਨਦਾਰ ਨੂੰ ਫੜਿਆ ਹੋਵੇ ਫਿਰ ਤਾਂ ਪੈਣਾ ਹੀ ਪੈਣਾ ਅਗਲੇ ਪਾਸੇ, ਠੀਕ ਹੈ ਨਾ। ਮੈਂ ਕਿਹਾ ਜੀ ਗੱਲ ਤਾਂ ਤੁਹਾਡੀ ਵੀ ਠੀਕ ਆ ਪਰ ਕਰੀਏ ਕੀ, ਪਰ ਤੁਸੀਂ ਦੂਜੀ ਗੱਲ ਜਿਹੜੀ ਕੀਤੀ ਨਾ ਜਾਣੇ ਵਾਲੀ ਸਭਾ ਬੜੀ ਕਮਾਲ ਦੀ ਹੈ ਜੀ, ਵੀ ਉਹਨਾਂ ਨੇ ਕਿਹਾ ਜੀ ਜਿਹੜੇ ਮੰਤਰੀ ਤੋਂ ਜਾਂ ਕਿਸੇ MLA ਤੋਂ ਸਿਫਾਰਿਸ਼ ਕਰਾ ਦਿੱਤੀ ਤੇ ਰੇਟ ਵੱਧ ਗਿਆ। ਹੁਣ ਇਹ ਵੇਖਣ ਵਾਲੀ ਗੱਲ ਆ, ਖੋਜ ਕਰਨ ਵਾਲੀ ਗੱਲ ਆ ਵੀ ਰੇਟ ਕਿਉਂ ਵੱਧ ਗਿਆ। ਉਹ ਰੇਟ ਇਸ ਕਰਕੇ ਵਧਿਆ ਮੇਰਾ ਖਿਆਲ ਹੈ, ਜਿੱਥੋਂ ਤੱਕ ਮੈਨੂੰ ਪਤਾ, ਆਮ ਤੌਰ ਦੇ ਉੱਤੇ ਜਦੋਂ ਨਵੀਂ ਨਵੀਂ ਸਰਕਾਰ ਬਣੀ ਹੈ ਨਾ ਤੇ ਪੋਰਟਲ ਖੋਲਦਾ ਸੀ ਮੁੱਖ ਮੰਤਰੀ ਸਾਹਿਬ ਵਾਲਾ, ਹਾਂਜੀ ਖੋਲਦਾ ਸੀ, ਤੇ ਲੋਕ ਪੈਸੇ ਲੈਣੋਂ ਹਟ ਗਏ ਸੀ ਵੀ ਰਿਸ਼ਵਤ ਖਤਮ ਹੋ ਗਈ ਜੀ, ਬਿਲਕੁਲ ਰਾਮ ਰਾਜ ਆ ਗਿਆ ਜੀ, ਭਗਵੰਤ ਸਿੰਘ ਮਾਨ ਬਸ ਜਿੰਦਾਬਾਦ ਜੀ, ਭ੍ਰਿਸ਼ਟਾਚਾਰ ਮੁਕਤ ਜਿਹੜਾ ਹੈਗਾ ਪੰਜਾਬ ਹੋ ਗਿਆ ਜੀ। ਤੇ ਫਿਰ ਕਿਤੇ ਕਿਤੇ ਖ਼ਬਰ ਆਉਣ ਲੱਗ ਗਈ ਜਿਹੜਾ ਕੰਮ 5,000 ਚ ਹੁੰਦਾ ਸੀ ਜੀ ਉਹ ਤਾਂ 50,000 ਚ ਹੋ ਗਿਆ, ਵੀ ਇਹ ਭਾਈ 50,000 ਚ ਕਿਵੇਂ ਹੋ ਗਿਆ ਜੀ। ਉਹ ਗੱਲ ਕਰਦਿਆਂ ਕਰਾਉਂਦਿਆਂ ਫਿਰ ਮੈਨੂੰ ਇੱਕ ਸਿਆਣੇ ਸੱਜਣ ਨੇ ਦੱਸਿਆ, ਉਹ ਕਹਿੰਦਾ ਮੈਂ ਗਿਆ ਅਫਸਰ ਕੋਲੇ ਵੀ ਭਾਈ ਸਾਹਿਬ ਇਹ ਕੰਮ ਤਾਂ 5,000 ਚ ਆਉਂਦਾ ਸੀ ਤੇ ਹੁਣ ਇਮਾਨਦਾਰ ਸਰਕਾਰ ਆ ਗਈ ਹੁਣ 50 ਕਰਤਾ, ਤੇ 50,000 ਚ ਕਿਵੇਂ ਹੋ ਗਿਆ? ਉਹ ਕਹਿੰਦਾ ਜੀ ਰਿਸਕ ਫੈਕਟਰ ਹੈ, ਜੇ ਹੁਣ ਫੜੇ ਗਏ ਤੇ ਕਹਿੰਦੇ ਫਿਰ ਉਹ ਕੰਮ ਦੂਜਾ ਵੀ ਕਰਾਉਣਾ ਨਾ, ਫਿਰ ਵਕੀਲ ਵੀ ਕਰਨਾ ਪਊਗਾ, ਰਿਸਕ ਫੈਕਟਰ ਹੈ ਇਸ ਕਰਕੇ ਆਪਾਂ ਰੇਟ ਵਧਾਤਾ ਜੀ। ਤੇ ਹੁਣ ਤਾਂ ਦੱਸ ਗਿਆ ਸਭ ਗੱਲ, ਇੱਕ ਹੋਰ ਵੀ ਹੋ ਜਾਂਦੀ ਹੈ ਨਾ, ਉਹ ਕਹਿੰਦੇ ਵੀ ਜੇ ਮੰਤਰੀ ਨੂੰ ਪਤਾ ਲੱਗ ਗਿਆ ਫਿਰ ਅਗਲਾ ਖੁਬ ਆਮ ਕੱਲਾ ਹੀ ਲਈ ਜਾਂਦਾ ਭਾਈ, ਤੇ ਦੂਜਿਆਂ ਦਾ ਕੀ ਬਣਦਾ? ਕਹਿੰਦੇ ਫਿਰ ਉਹ ਵੀ ਘਰ ਪੂਰਾ ਕਰਨਾ ਪੈਂਦਾ ਜੀ। ਇਸ ਕਰਕੇ ਮੇਰਾ ਖਿਆਲ ਦਾਨੇ ਵਾਲੀਆ ਸਾਹਿਬ ਉਹ ਜਿਹੜਾ ਕੰਮ ਉਹ ਵੱਧ ਗਿਆ ਵੀ ਉਹ ਹਿੱਸਾ ਪੱਤੀ ਵੱਧ ਜਾਂਦਾ ਹੁੰਦਾ। ਢਿੱਲੋਂ ਸਾਹਿਬ ਅੱਗੇ ਤਾਂ ਕਹਿੰਦੇ ਨਾ ਵੀ ਇੱਕ ਬੰਦੇ ਨੂੰ ਦੇ ਦਿੰਦੇ ਸੀ ਤੇ ਸਾਰਾ ਉੱਤੇ ਥੱਲੇ ਵੰਡਿਆ ਜਾਂਦਾ ਸੀ, ਹਾਂਜੀ। ਹੁਣ ਬਾਹਲੇ ਇਮਾਨਦਾਰ ਹੋ ਗਏ ਹਰ ਬੰਦਾ ਹੀ, ਉਹ ਜਿਵੇਂ ਮੈਨੂੰ ਇੱਕ ਬੰਦੇ ਨੇ ਬੜੀ ਗੱਲ ਕਹੀ, ਕਹਿੰਦਾ ਵੀ ਉਹ ਫਿਲਮਾਂ ਆ ਚੱਲ ਪਈ ਅਖਬਾਰ ਦੀ ਗੱਲ, ਇੱਕ ਤੁਹਾਨੂੰ ਪਤਾ ਨਾ ਆਪਣਾ ਅਖਬਾਰ ਹੈ ਉਹ ਐਤਵਾਰ ਤੇ ਵੀਰਵਾਰ ਨੂੰ ਬੜਾ ਵੇਖਦਾ, ਹਾਂਜੀ ਉਹਦਾ ਪਿਛਲਾ ਸਫ਼ਾ, ਹੁਣ ਤਾਂ ਚਲੋ ਆਮ ਹੋ ਗਿਆ। ਉਹ ਕਹਿੰਦੇ ਨਾ ਵੀਰਵਾਰ ਨੂੰ ਤੇ ਐਤਵਾਰ ਨੂੰ ਫਿਰ ਸਾਰਾ ਟੱਬਰ ਅੱਡੋ ਅੱਡ ਅਖਬਾਰ ਲੈਂਦਾ। ਅੱਛਾ ਜੀ, ਹੈਂਜੀ, ਵੀ ਉਹ ਕਹਿੰਦਾ ਮੇਰਾ ਨਾ ਪਤਾ ਲੱਗ ਜੇ ਉਹਲਾ ਰਹਿ ਜੇ ਵੀ ਮੈਂ ਮਗਰਲੀਆਂ ਤਸਵੀਰਾਂ ਦੇਖ ਲਾਂ, ਉਹ ਕਹਿੰਦਾ ਮੈਂ ਦੇਖ ਲਾਂ, ਹੈਂਜੀ। ਕਹਿੰਦੇ ਹੁਣ ਕਹਿੰਦੇ ਜੀ ਉਹੀ ਕੰਮ ਹੋ ਗਿਆ, ਕਹਿੰਦੇ ਸਾਰੇ ਇਮਾਨਦਾਰ ਬਣਦੇ ਆ, ਕਹਿੰਦਾ ਇਲਾਕੇ ਦਾ MLA ਕਹਿੰਦਾ ਬਈ ਮੈਨੂੰ ਚੁੱਪ ਕਰਕੇ ਅੱਡ ਦੇ ਜਾ, ਮੇਰਾ ਗਾਹ ਨਾ ਪਤਾ ਲੱਗੇ, ਠੀਕ ਹੈ। ਬਿਲਕੁਲ ਬਿਲਕੁਲ, ਫਿਰ ਕਹਿੰਦਾ ਜਿਹੜਾ ਮਹਿਕਮੇ ਦਾ ਮੰਤਰੀ ਉਹ ਕਹਿੰਦਾ ਮੈਨੂੰ ਚੁੱਪ ਕਰਕੇ ਅੱਡ ਦੇ ਜਾ, ਉੱਤੇ ਨਾ ਪਤਾ ਲੱਗੇ। ਫਿਰ ਤੁਹਾਨੂੰ ਪਤਾ ਸੈਂਟਰ ਲੀਡਰਸ਼ਿਪ ਆ ਜਾਂਦੀ, ਕਹਿੰਦੇ ਬਈ ਸਾਨੂੰ ਤਾਂ ਦੇਣਾ ਹੀ ਦੇਣਾ, ਤੈਨੂੰ ਪਤਾ ਵੀ ਤੂੰ ਲੱਗਿਆ ਸਾਡੇ ਤੋਂ ਹੈ, ਠੀਕ ਆ। ਫਿਰ ਕਹਿੰਦਾ ਅਫਸਰਾਂ ਦੇ, ਕਹਿੰਦਾ ਜੀ 5-4 ਹਿੱਸੇ ਦਾ ਘੱਟੋ ਘੱਟ ਉੱਤੇ ਜਿੰਨੇ ਮਰਜ਼ੀ ਹਿੱਸੇ ਹੋ ਜਾਣ, ਉੱਚਾ ਨੀ ਮੈਂ ਕੰਮ ਖਰਾਬ ਕਰੀ ਹੁੰਦਾ, ਗੱਲ ਤਾਂ ਇੱਥੋਂ ਗੜਬੜ ਹੋ ਜਾਂਦੀ ਹੈ। ਸੋ ਹੁਣ ਤਹਿਸੀਲਦਾਰ ਵਾਲਾ ਦੇਖੋ, ਸਰਕਾਰ ਲੋਕਾਂ ਦੀ ਹਾਹਾਕਾਰ ਮੱਚੀ ਪਈ ਹੈ ਜਿਹਨਾਂ ਨੇ ਰਜਿਸਟਰੀਆਂ ਕਰਾਉਣਗੇ ਜੀ, ਉਹ ਜਾਣ ਤਾਂ ਜਾਣ ਕਿੱਥੇ ਉਹਨਾਂ ਦੀ। ਇਹ ਤਾਂ ਹੁਣ ਤੁਸੀਂ ਦੇਖੋਗੇ, ਪੈਸੇ ਕਿਸੇ ਨੇ ਲਏ ਦਿੱਤੇ, ਕਿਸੇ ਨੇ ਫੜਿਆ ਵਿਜੀਲੈਂਸ ਵਾਲਾ ਨੇ, ਤੇ ਸਜ਼ਾ ਇਮਾਨਦਾਰ ਸਰਕਾਰ ਦੇ ਹੁੰਦੇ ਆਮ ਲੋਕਾਂ ਨੂੰ ਹੋ ਰਹੀ ਹੈ ਜੀ 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 ਜੀ। ਤੇ ਆਹ ਢਿੱਲੋਂ ਸਾਹਿਬ ਨਵਾਂ ਕੰਮ ਹੀ ਚੱਲ ਪਿਆ, ਮੈਂ ਇੱਕ ਦਿਨ ਆਪਾਂ ਕਿਹਾ ਸੀਗਾ, ਮੈਂ ਕਿਹਾ ਜਿਹੜਾ ਕੰਮ ਜਿਹਾ ਤੋਰ ਕੇ ਨਾ ਹੁਣ ਵੀ ਭਾਈ ਜਿਹੜਾ ਜੀ ਕਰਦਾ ਜਿਹਦੀ ਮਰਜ਼ੀ ਨਿਓ, ਕਹਿੰਦੇ ਖੁਰਚਵਾ ਲਓ, ਕਹਿੰਦੇ ਇਹੋ ਜਿਹੇ ਆਰਡਰ ਹੈ, ਕਹਿੰਦਾ ਤੁਸੀਂ ਪਟੀਸ਼ਨ ਪਾਓ, ਹੈਂਜੀ,
ਤੇ ਸ਼ੱਕ ਆ ਜੀ ਆ ਫਲਾਨੇ ਮੰਦਰ ਗੁਰਦੁਆਰੇ ਦੇ ਥੱਲੇ ਆ, ਫਲਾਨੀ ਮਸਜਿਦ ਦੇ ਥੱਲੇ ਥੱਲੇ ਫਲਾਨੀ ਮੰਦਰ ਦੇ ਥੱਲੇ ਆ ਸੀ, ਹੈਂਜੀ। ਹੁਣ ਕਹਿੰਦੇ ਇੱਕ ਹੋਰ ਕਹਿੰਦੇ ਮਸਜਿਦ ਦੇ ਥੱਲੇ ਕਹਿੰਦੇ ਲੱਭਣ ਨੂੰ ਤੁਰ ਪਏ ਜੀ, ਦਰਗਾਹ ਦੇ ਥੱਲੇ ਲੱਭਣ ਨੂੰ ਤੁਰ ਪਏ, ਮੰਦਰ ਆ ਕਹਿੰਦੇ ਸ਼ਿਵ ਲਿੰਗਾ ਥੱਲੇ। ਦਾਨਵੀਰ ਸਾਹਿਬ, ਪਹਿਲਾਂ ਸੰਭਲ ਦੇ ਵਿੱਚ ਗੱਲ ਹੋਈ ਸੀ, ਸਭ ਤੋਂ ਪਹਿਲੀ ਇਹ ਹੋਈ ਸੀ ਰਾਮ ਮੰਦਰ ਤੇ ਜਨਮ ਭੂਮੀ ਵਾਲਾ ਮਾਮਲਾ। ਹਾਂਜੀ, ਉਹ ਮਾਮਲੇ ਦੇ ਵਿੱਚ ਜਦੋਂ ਫੈਸਲਾ ਸੁਣਾਇਆ ਤੇ ਉਹ ਫੈਸਲੇ ਦੇ ਵਿੱਚ ਲਿਖ ਦਿੱਤਾ ਸੀ ਕਿ ਇਹ ਅਪਵਾਦ ਹੈ ਜੀ, ਇਹ ਫੈਸਲਾ ਹੁਣ ਹਰੇਕ ਤੇ ਨਹੀਂ ਲਾਗੂ ਹੋਊਗਾ, ਲੇਕਿਨ ਉੱਪਰ ਕਹਿਤਾ ਅਪਵਾਦ ਹੈ ਤੇ ਹੇਠਲੇ ਪੱਧਰ ਦੇ ਉੱਤੇ ਲਾਗੂ ਹੋਣਾ ਸ਼ੁਰੂ ਹੋ ਗਿਆ ਸੀ। ਇਹ ਲਾਗੂ ਹੁੰਦਿਆਂ ਹੁੰਦਿਆਂ ਹੁਣ ਆਹ ਦੇਖੋ ਪਿਛਲੇ ਦਿਨਾਂ 'ਚ ਸੰਭਲ 'ਚ ਹੋ ਗਿਆ, 5-6 ਬੰਦੇ ਉੱਥੇ ਮਰ ਗਏ ਹੈ ਜੀ, ਤੇ ਉੱਥੇ ਅੱਗੇ ਥੋੜੀ ਜਿਹੀ ਰਾਹਤ ਮਿਲ ਗਈ, ਤੇ ਹੁਣ ਜਿਹੜੀ ਅਜਮੇਰ ਦੀ ਦਰਗਾਹ ਹੈ ਉਹਨੂੰ ਖਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਕਹਿੰਦੇ ਹਾਂਜੀ। ਉੱਥੇ ਕਹਿੰਦੇ ਜੀ ਇੱਕ ਜਿਹੜੇ ਹੈਗੇ ਆ ਹਿੰਦੂ ਰਾਸ਼ਟਰੀ ਸੈਨਾ ਕੋਈ ਉਹਦੇ ਪ੍ਰਧਾਨ ਹੈ ਪਟੀਸ਼ਨਰ, ਨਾਂ ਉਹਦਾ ਵਿਸ਼ਨੂੰ ਗੁਪਤਾ ਹੈ। ਉਹ ਵਿਸ਼ਨੂੰ ਗੁਪਤਾ ਨੇ ਇੱਕ ਕਿਤਾਬ ਦਾ ਹਵਾਲਾ ਦਿੱਤਾ, ਕਿਸੇ ਜੱਜ ਨੇ ਕਿਤਾਬ ਲਿਖੀ ਹੈ ਜੀ, ਉਹ ਜੱਜ ਕਹਿੰਦਾ ਵੀ ਜਿਹੜੇ ਇਹਦੇ ਪਿੱਲਰ ਜਿਹੜੇ ਬਾਹਰ ਪਿੱਲਰ ਬਣਾਏ ਇਹਨਾਂ, ਜਦੋਂ ਪਿੱਲਰ ਬਣਾਏ ਆ ਉਦੋਂ ਪਤਾ ਲੱਗਿਆ ਵੀ ਉਦੋਂ ਇੱਥੇ ਮੰਦਰ ਦੇ ਨਿਸ਼ਾਨ ਨਿਕਲੇ ਸੀ, ਇਸ ਲਈ ਇਹ ਮੰਦਰ ਹੈ ਜੀ। ਤੇ ਕਿਤਾਬ ਲਿਖਣ ਵਾਲਾ ਜੱਜ ਕੌਣ ਹੈ? ਉਹ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਨਹੀਂ, ਉਹ ਦੂਜੇ ਭਾਈਚਾਰੇ ਨਾਲ, ਵੱਡੇ ਭਾਈਚਾਰੇ ਨਾਲ ਸੰਬੰਧਿਤ ਹੈ ਜੀ, ਆਪ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ ਜੀ। ਉਹਨੂੰ ਆਧਾਰ ਬਣਾ ਕੇ ਹੁਣ ਵਿਸ਼ਨੂੰ ਜੀ ਚਲੇ ਗਏ ਜੀ ਅਦਾਲਤ ਚ ਜੀ, ਉਹ ਜਾ ਕੇ ਅਦਾਲਤ ਚ ਕਹਿੰਦੇ ਆ ਲਓ ਜੀ ਮੈਂ ਆ ਗਿਆ ਤੇ ਤੁਸੀਂ ਹੁਣ ਇਹ ਜਿਹੜੀ ਦਰਗਾਹ ਹੈ ਨਾ ਤਾਂ ਇਹਦਾ ਸਰਵੇਖਣ ਕਰਵਾਓ ਤੇ ਸਾਡੇ ਹਵਾਲੇ ਕਰੋ ਜੀ। ਅਦਾਲਤ ਨੇ ਜੀ ਇਹਦੇ ਤੇ ਹੁਣ ਜਿਹੜੀ ਹੈਗੀ ਅਗਲੀ ਤਾਰੀਖ ਫਿਕਸ ਕਰਤੀ ਹੈ 20 ਦਸੰਬਰ ਜੀ, 20 ਦਸੰਬਰ ਨੂੰ ਹੁਣ ਇਹਦੇ ਤੇ ਹੋਣੀ ਹੈ ਪੜਤਾਲ ਜੀ। ਪੜਤਾਲ ਕੀ ਹੁੰਦੀ ਹੈ ਬਸ ਆਪਾਂ ਤਾਂ ਇਹੀ ਗੁਜ਼ਾਰਿਸ਼ ਕਰਦੇ ਹਾਂ, ਕਿਉਂਕਿ ਜਿਹੜੀ ਇਹ ਜਿਹੜੀ ਅਜਮੇਰ ਦੀ ਦਰਗਾਹ ਹੈ, ਅਜਮੇਰ ਸ਼ਰੀਫ ਦੀ ਦਰਗਾਹ ਕਹਿੰਦੇ ਆ, ਇਹ ਦਰਗਾਹ ਉਹ ਹੈ ਜਿਹੜੀ ਇਕੱਲੀ ਭਾਰਤ ਨਾਲ ਸੰਬੰਧਿਤ ਨਹੀਂ, ਇੱਥੇ ਬਹੁਤ ਅੰਤਰਰਾਸ਼ਟਰੀ ਹੈ, ਅੰਤਰਰਾਸ਼ਟਰੀ ਆ। ਔਰ ਇੱਥੇ ਪਾਕਿਸਤਾਨ ਦਾ ਜਿਹੜਾ ਮੌਜੂਦਾ ਰਾਸ਼ਟਰਪਤੀ ਹੈ ਤੁਹਾਡਾ ਕੀ ਨਾਂ ਇਹਦਾ ਨਾਮ ਭੁੱਟੋ ਜੁਲਫ ਆਪਣਾ ਨੇ ਜਰਦਾਰੀ ਜਰਦਾਰੀ ਆਸਫ ਅਲੀ ਜਰਦਾਰੀ ਵੀ ਇੱਥੇ ਆਇਆ ਸੀ ਜੀ, ਇੱਥੇ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਆ, ਤੇ ਇਹ ਮਤਲਬ ਖੈਰ ਕਰੇ ਇੱਥੇ ਗੱਲ ਵਧੇ ਨਾ, ਜੇ ਗੱਲ ਵੱਧ ਗਈ ਤਾਂ ਕਿਤੇ ਉਹ ਨਾ ਹੋਵੇ ਜੋ ਕੁਛ ਬਾਬਰੀ ਮਸਜਿਦ ਤੋਂ ਬਾਅਦ ਸਾਰੇ ਦੇਸ਼ ਜਿਹੜੇ ਹੈਗੇ ਤੁਹਾਡੇ ਆਲੇ ਦੁਆਲੇ ਹੋਇਆ ਸੀ, ਲੰਕਾ ਚ ਵੀ ਹੋਇਆ ਸੀ, ਨੇਪਾਲ ਚ ਵੀ ਹੋਇਆ ਸੀ, ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ ਤੱਕ ਵੀ ਹੋਇਆ ਸੀ, ਮੰਦਰਾਂ ਦਾ ਨੁਕਸਾਨ ਹੋਇਆ ਸੀ। ਇਹਦੇ ਨਾਲ ਭਾਈਚਾਰਿਆਂ ਦੇ ਵਿੱਚ ਕੁੜੱਥਣ ਪੈਦਾ ਹੁੰਦੀ ਹੈ, ਆਪਾਂ ਤਾਂ ਹੁਣ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਨਾ ਹੋਵੇ, ਪਰ ਜਿਹੜੇ ਹੁੰਦੇ ਆ ਨਾ ਜਿਹਨੂੰ ਉਹ ਕੀ ਕਹਿੰਦੇ ਹੁੰਦੇ ਆ ਜਿਹਦੇ ਖੁਰਕ ਪੈ ਜੇ ਫਿਰ ਦਰਖਤਾਂ ਨੂੰ ਘਸਾਉਂਦਾ ਹੀ ਰਹਿੰਦਾ ਦਰਖਤਾਂ ਨਾਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ, ਧੰਨਵਾਦ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਅੱਗੇ ਚਾਹੁੰਦੇ, ਜੁੜੇ ਰਹੋ ਰੇਡੀਓ ਪੰਜਾਬ ਟੋਡੇ।